ਜਿੱਤਿਆ ਤੇ 18 ਤਰੀਕ ਦਾ ਗੈਪ ਰਿਹਾ 19 ਤਰੀਕ ਨੂੰ ਵੀ ਮੋਟਰਸਾਈਕਲ ਜਿੱਤਿਆ ਡਾਕਟਰ ਕਿੰਨੇ ਮੋਟਰਸਾਈਕਲਾਂ ਦਾ ਜੇਤੂ ਆ ਪੰਜਾਬ ਦੇ ਵਿੱਚ ਦੱਸੀ ਨੌਜਵਾਨਾਂ 35 ਮੋਟਰਸਾਈਕਲਾਂ ਦਾ ਜੇਤੂ ਹੈ ਨੌਜਵਾਨ ਮੇਰੇ ਵੀਰਿਓ 35 ਮੋਟਰਸਾਈਕਲਾਂ ਦਾ ਜੇਤੂ ਇੰਗਲੈਂਡ ਕੈਨੇਡਾ ਦੀਆਂ ਕਲੱਬਾਂ ਇਹ ਕਹਿੰਦੀਆਂ ਵੀ ਸਾਨੂੰ ਪੈਸੇ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਪਰ ਇਹ ਨੌਜਵਾਨ ਹਰ ਰੋਜ਼ ਦੇ ਵਿੱਚ ਮੇਰੇ ਵੀਰੋ ਲੱਖ ਰੁਪਈਆ ਕਮਾਉਂਦਾ ਪੰਜਾਬ ਦੇ ਵਿੱਚ ਇਹ ਤੁਹਾਡੇ ਪਿਆਰ ਕਰਕੇ 2 ਦਿਨ ਪਹਿਲਾਂ ਬੰਬੇ ਦੇ ਵਿੱਚ ਪਹੁੰਚ ਗਿਆ ਵੀ ਬੰਬੇ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਕਬੱਡੀ ਨੂੰ ਦਿਲੋਂ ਪਿਆਰ ਕਰਦੀ ਹੈ ਆਪਾਂ ਉੱਥੇ ਜ਼ਰੂਰ ਪੁੱਜਣਾ ਹੈ ਇਹ ਹੈ ਕਿ ਗੁੰਡਿਆ ਸਰੀਰ ਵੇਖੋ ਕਾਲੇ ਮੀਆਂ ਪਿੰਡ ਦਾ ਸਾਊ ਜੇ ਸੁਭਾਅ ਦਾ ਬਲਜੀਤ ਕੌੜੋ ਕਿਆ ਪਿੰਡ ਦਾ ਸਾਊ ਜੇ ਸੁਭਾਅ ਦਾ ਬਲਜੀਤ ਕੌੜੋ ਕਿਆ ਪਿੰਡ ਦਾ ਸਾਊ ਜਾ ਸੁਭਾਅ ਹੈ ਗੁਰੂ ਮਹਾਰਾਜ ਦੀ ਮਿਹਰ ਹੈ ਮੋਟਰਸਾਈਕਲ ਕਿੰਗ ਦੇ ਤੌਰ ਤੇ ਜਾਣਿਆ ਜਾਂਦਾ ਜ਼ਿਲ੍ਹੇ ਬਠਿੰਡੇ ਦੇ 1500 ਵਾਲੇ ਆਬਾਦੀ ਪਿੰਡ ਦਾ ਪ੍ਰਦੀਪ ਹੋਣਾ ਦੇ ਲਾਗੇ ਪਿੰਡ ਆ ਮੇਰੇ ਵੀਰੋ ਕਾਲੋ ਕੇ ਜਿਹਦੀ 1500 ਵੋਟ ਹੀ ਹੋਣੀ ਆ ਮੇਰਾ ਖਿਆਲ ਆ ਪ੍ਰਦੀਪ ਲਗਭਗ ਪਰ ਇਹ ਨੌਜਵਾਨ ਨੇ ਦੁਨੀਆ ਦੇ ਨਕਸ਼ੇ ਤੇ ਆਪਦਾ ਪਿੰਡ ਲੈ ਆਂਦਾ ਹੈ ਇਹ ਹੈ ਬਲਜੀਤ ਸਿੰਘ ਡਾਕਟਰ ਕਾਲੋ ਕੇ ਪਿੰਡ ਵਾਲਾ ਕੱਲ ਨੂੰ ਕਹਿੰਦੇ ਪੰਜਾਬ ਦੀ ਟੀਮ ਵੱਲੋਂ ਮੇਰੇ ਵੀਰੋ ਕਬੱਡੀਆਂ ਪਾਊਗਾ ਇੱਕ ਬਲਜੀਤ ਹੋਰ ਤੁਹਾਨੂੰ ਦਿਖਾਵਾਂਗੇ ਉਹ ਨੌਜਵਾਨ ਰੈਸਟ ਕਰ ਰਿਹਾ ਸੁੱਤਾ ਪਿਆ ਹੈ ਰੂਮ ਦੇ ਵਿੱਚ ਉਹਦੇ ਵੀ ਦਰਸ਼ਨ ਤੁਹਾਨੂੰ ਸ਼ਾਮ ਨੂੰ ਇਸ ਗਰਾਊਂਡ ਦੇ ਵਿੱਚ ਕਰਵਾਵਾਂਗੇ ਵਾਹਿਗੁਰੂ ਜਿਹਨੂੰ ਫਲੱਡ ਕਹਿੰਦੇ ਆ ਮੇਰੇ ਵੀਰੋ ਕਬੱਡੀ ਦਾ ਫਲੱਡ ਇੰਗਲਿਸ਼ ਦੇ ਵਿੱਚ ਉਹਦਾ ਮੀਨਿੰਗ ਹੈ ਹੜ ਪਰ ਜੱਫਿਆਂ ਦਾ ਹੜ ਮੇਰੇ ਵੀਰੋ ਬਲਜੀਤ ਸੈਦੋਕੇ ਵਾਲਾ ਉਹ ਵੀ ਥੋੜੇ ਸਮੇਂ ਦੇ ਬਾਅਦ ਸਾਡੇ ਦਰਮਿਆਨ ਪੁੱਜੇਗਾ ਬਹੁਤ ਬਹੁਤ ਧੰਨਵਾਦ ਰੁਪਿੰਦਰ ਭਾਜੀ ਦਾ ਜਿਹੜਾ ਇਸ ਵਾਰ ਦੀਆਂ ਖੇਡ ਮੇਲੇ ਦੇ ਵਿੱਚ ਬਲਜੀਤ ਸੈਦੋਕੇ ਭਾਜੀ ਤੇ ਡਾਕਟਰ ਬਲਜੀਤ ਭਾਜੀ ਐਡੇ ਵੱਡੇ ਇੰਟਰਨੈਸ਼ਨਲ ਪਲੇਅਰਾਂ ਨੂੰ ਬੰਬੇ ਦੀ ਧਰਤੀ ਤੇ ਆਪਣੇ ਨਾਲ ਲੈ ਕੇ ਆਏ ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਇੰਨੇ ਵੱਡੇ ਵੱਡੇ ਖਿਤਾਬ ਹਾਸਲ ਕੀਤੇ ਹੋਏ ਪਲੇਅਰਾਂ ਵਾਸਤੇ ਇੱਕ ਜਕਾਰਾ ਛੱਡਾਂਗੇ ਉਹ ਜਕਾਰੇ ਦਾ ਜਵਾਬ ਆਪ ਜੀ ਨੇ ਇਸ ਤਰੀਕੇ ਨਾਲ ਦੇਣਾ ਹੈ ਕਿ ਬਾਹਰ ਇੰਟਰਨੈਸ਼ਨਲ ਲੈਵਲ ਤੇ ਕਬੱਡੀ 365 ਤੇ ਦੇਖਦੇ ਹੋਏ ਦਰਸ਼ਕਾਂ ਤੱਕ ਆਪਣਾ ਜਕਾਰੇ ਦੀ ਗੂੰਜ ਗੂੰਜੇ ਬੋਲੇ ਸੋ ਨਿਹਾਲ ਇਹ ਤੁਹਾਡਾ ਪਿਆਰ ਹੈ ਮੇਰੇ ਵੀਰੋ ਕਿਉਂਕਿ ਅੱਜ ਕੱਲ ਬੇਨਤੀ ਆ ਰੰਧਾਵਾ ਸਾਹਿਬ ਟੀਮਾਂ ਨੂੰ ਜਿਹੜੀਆਂ ਬੁਲਾ ਲਈ ਹੈ ਜੀ ਗਰਾਊਂਡ ਖਾਲੀ ਆ ਇਹਨਾਂ ਦਾ ਲਿੰਕ ਟੁੱਟ ਜਾ ਹਾਂਜੀ ਇੱਕ ਮਿੰਟ ਜੀ 55 ਕਿਲੋ ਮੋਲਣ ਵਰਸੇ ਚੰਬੋਰ ਦੀ ਟੀਮਾਂ ਨੂੰ ਇੰਟਰ ਕਰਨ ਬੇਨਤੀ ਹੈ ਪ੍ਰਬੰਧਕਾਂ ਨੂੰ ਜਲਦੀ ਤੋਂ ਜਲਦੀ 2 ਮਿੰਟ ਦਾ ਟਾਈਮ ਆ ਬਾਅਦ ਚ ਫਿਰ ਦੂਜੀ ਟੀਮ ਅਨਾਊਂਸਮੈਂਟ ਕੀਤੀ ਜਾਊਗੀ ਜਲਦੀ ਤੋਂ ਜਲਦੀ ਟੀਮਾਂ ਮੂਲਣ ਵਰਸੇ ਚੰਬੂਰ 55 ਕਿਲੋ ਦੀਆਂ ਟੀਮਾਂ ਦੋਵੇਂ ਲਾਈਨ ਅਪ ਕਰਾਓ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਟਾਈਮ ਘੱਟ ਦਿਓ ਪ੍ਰਬੰਧਕਾਂ ਨੂੰ ਜੋ ਕਿ ਜਲਦੀ ਤੋਂ ਜਲਦੀ ਕੰਮ ਕਰਨ ਇਸ ਤੋਂ ਬਾਅਦ ਟਗਾਪੁਰ 600 ਕਿਲੋ ਦੀਆਂ ਟੀਮਾਂ ਵਾ ਖਾਰਗੜ ਮੂਲਣ ਔਰ ਵਕਰੋਲੀ ਨਰੋਲ ਇਹ ਵੀ ਰੈਡੀ ਰਹਿਣ ਇਸ ਮੈਚ ਤੋਂ ਬਾਅਦ 2 ਟਗਾਪੁਰ ਮੈਚ ਹੋਣਗੇ ਵਾਲੀਬਾਲ ਦੇ ਮੈਚ ਚਾਲੂ ਹੈ ਉੱਧਰ ਪ੍ਰਬੰਧਕ ਜਿਹੜੇ ਵੈਲ ਮੈਚ ਕਰਾ ਰਹੇ ਹਨ ਉਹ ਡਿਟੇਲ ਦੇਣ ਜੋ ਕਿ ਅਨਾਊਂਸਮੈਂਟ ਕੀਤੀ ਜਾਵੇ 600 ਦੇ ਲੰਗਰ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਹਰਜੀਤ ਸਿੰਘ ਕਮਾਨ ਹਰਦੇਵ ਸਿੰਘ ਕਮਾਨ ਮੰਗਲ ਸਿੰਘ ਕਮਾਨ ਹਰਜਿੰਦਰ ਸਿੰਘ ਕਮਾਨ ਪ੍ਰੀਤਮ ਸਿੰਘ ਦੀਦਾਰ ਸਿੰਘ ਦਿਲਬਾਗ ਸਿੰਘ ਦਰਸ਼ਨ ਸਿੰਘ ਤੇ ਹੋਰ ਸੇਵਾਦਾਰ ਜੋ ਮੇਰੇ ਵੀਰ ਸੇਵਾ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੋ ਦੂਰੋਂ ਨੇੜਿਓਂ ਚੱਲ ਕੇ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਇਸ ਈਵੈਂਟ ਦੇ ਵਿੱਚ ਸਹਾਇਤਾ ਕੀਤੀ ਹੈ ਈਵੈਂਟ ਕਰਾਉਣ ਦੀ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਪ੍ਰਬੰਧਕ ਕਮੇਟੀਆਂ ਵੱਲੋਂ ਜੀ ਕੱਲ੍ਹ ਨੂੰ ਪੰਜਾਬ ਦੀ ਟੀਮ ਦੇ ਵਿੱਚ ਬਿੱਟੂ ਦਗਾਲ ਖੁਸ਼ੀ ਦੜਬਾ ਸੰਦੀਪ ਬੱਸੀਆਂ ਅੰਮ੍ਰਿਤਪਾਲ ਰਸੂਲਪੁਰ ਵਰਗੇ ਜਾਫੀਆਂ ਦੇ ਵਿੱਚ ਹੋਣਗੇ ਬਲਜੀਤ ਸੈਦੋਕੇ ਵਰਗੇ ਗੁਲਜ਼ਾਰੀ ਮੋਨਕ ਗੋਪਾਲਪੁਰੀਆ ਨੰਨੀ ਸੁਲਤਾਨ ਵਰਗੇ ਖਿਡਾਰੀ ਸੰਦੀਪ ਦੋਦੇ ਵਰਗੇ ਖਿਡਾਰੀ ਆ ਜਿਹੜੇ ਉਹ ਕੱਲ੍ਹ ਨੂੰ ਮੇਰੇ ਵੀਰੇ ਪੰਜਾਬ ਦੀ ਟੀਮ ਵੱਲੋਂ ਖੇਡਣਗੇ ਜਿਨ੍ਹਾਂ ਨੇ ਵਰਲਡ ਕੱਪ ਤੇ ਨਾਲ ਵਰਲਡ ਲੀਗ ਦੇ ਵਿੱਚ ਧੁੰਮਾਂ ਪਾਈਆਂ ਨੇ ਹਰਿਆਣੇ ਦੀ ਟੀਮ ਦੇ ਵਿੱਚ ਸਮਰਾਟ ਮਨਾਣਾ ਦਿਲਾਰ ਮਨਾਣਾ ਰਿੰਕੂ ਕਰਨ ਸਚਿਨ ਗਾਂਗੁਲੀ ਸੁਨੀਲ ਗਾਂਗੁਲੀ
नरेश गांगुली, राजू शतर, रेनू मनौरी, नरेंद्र विडमिंडा, राजू मनारी, जीत पनिहारी, एक खिलाड़ी है जेड़े कलू हरियाणा की टीम वालों खेडणगे। कलू ठीक 3 बजे शो मैच खेडा जाएगा पंजाब अते हरियाणा। प्लेयर पहुंच चुके ने मूलन वर्सच चंबूर दे 55 किलो दे प्लेयर ग्राउंड विच पहुंच गए ने और इन्हां नूं इंट्रोडक्शन वास्ते सुखविंदर सिंह जी और दविंदर सिंह जी लाडा जी नूं बेनती करांगे वह ग्राउंड दे विच उतरन। सुखविंदर सिंह, दविंदर सिंह जी लाडा, जसपाल सिंह सिद्धू जी उन्हां दा इंट्रोडक्शन कराउणगे। दोवां टीमां नूं बेनती है वह लाइनअप होण। सुखविंदर सिंह जी संधु और दविंदर सिंह जी लाडा जी इत्थे पहुंचे हुए ने। दोवां टीमां नूं लाइनअप कराओ जल्दी तो जल्दी। मूलन वर्सिज चंबूर 55 किलो टीम दे विच दे मुकाबला होण जा रहा है। स्टेज ते बैठे सारे प्रबंधकों का बहुत बहुत धन्यवाद जो सवेर का समा कढ के इत्थे बैठे आ। बाहरों दूरों नेड़े आईआं संगतां का भी बहुत बहुत धन्यवाद किया जाता है। प्लेयर नूं रैफरी नूं बेनती लाइनअप कर किया जाए। दलबीर सिंह सैकटरी स्टेज अनाउंसमेंट करेंगे इंट्रोडक्शन। उन्होंने बेनती हो जरा बोलन जी। दविंदर सिंह लाडा भाजी ते सुखविंदर सिंह सद्धू इन्हां नूं बेनती है कि टीम लाइनअप हो चुकी है और इंट्रोडक्शन दे सैशन पूरे कराउण। जो फाइनल विच मैच जाने ने कल बहुत वधिया मुकाबले होने ने वड्डे तो वड्डे जो फाइनल च पहुंचणगियां टीमां उहदे विच साडे कोल पहुंचे ने। हरियाणा दी इक टीम पहुंची हुई है, पंजाब तो भी टीम पहुंची हुई है। पंजाब दे प्लेयर साडे कोल पहुंचे ने सुल्तान समसपुर, संदीप दोदा, गुलजारी मुनक, नन्नी गोपालपुर, गुरी दलेर, खुशी दुग्गा, बिट्टू दुग्गल, संदीप बसिया, अमृतपाल, बलजीत सैदो कैनेडा प्लेयर साढ़े को पहुंचे ने। बहुत वधिया रुपिंदर सिंह जलाल जी जो कमीटेटर हैप्पी भाजी 365kabaddi.com जो हर साल साढ़े सदा पत्र से इतने पहुँचते हैं उन्होंने बहुत बहुत धन्यवाद। उन्होंने रस्से वालियां टीमां नूं बेनती है अपने डंटी कार्ड विखा के साइड ते खलोण। 600 किलो वालियां रस्से दीआं टीमां खारगर, मूलन, वकरोली, नरोल दीआं रस्से दीआं टीमां 600 किलो दीआं डंटी कार्ड अपने चैक कराउण। इस मैच तो बाद
ਉਹ ਦੋਵੇਂ ਮੈਚ ਕੀਤੇ ਜਾਣੇ ਆ। ਮਿਊਜ਼ਿਕ ਪਲੇਅਰਾਂ ਨੂੰ ਬੇਨਤੀ, ਰੈਫਰੀ ਵਿਸਲ ਮਾਰਤੀ ਆ, ਦੋਵੇਂ ਟੀਮਾਂ ਨੂੰ ਬੇਨਤੀ ਆ ਉਹ ਗਰਾਊਂਡ ਵਿੱਚ ਲਾਈਨਅਪ ਹੋ ਜਾਣ, ਕਿ ਉਹ ਟਾਈਮ ਦੀ ਬਹੁਤ ਕੀਮਤੀ ਟਾਈਮ ਆ, 30 ਮਿੰਟ ਲੇਟ ਚੱਲ ਰਿਹਾ ਆਪਣਾ ਸ਼ਡਿਊਲ ਟਾਈਮ ਦੇ ਹਿਸਾਬ ਨਾਲ, ਬਹੁਤ ਮੈਚ ਬਾਕੀ ਨੇ। ਕਾਲੇ ਕਿੱਥੋਂ ਦੇ ਆ? ਹੈਲੋ, ਮੈਚ ਸ਼ੁਰੂ ਹੋ ਚੁੱਕਿਆ ਹੈ। ਵਾਹ, ਹੁਣ ਰਿਸਾ ਮੈਚ ਦੀ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਕੀ ਜਿਹੜਾ ਦਰਸ਼ਕਾਂ ਦਾ ਜਿਹੜਾ ਉਤਸ਼ਾਹ ਹੈ ਇਸ ਮੈਚ ਦੇ ਵੱਲ ਕਿੱਦਾਂ ਦਾ ਰਹੂ ਮੇਰੇ ਵੀਰੋ। ਇਹ ਮੈਚ ਮੂਲੰਡ ਵਰਸੇ ਚੰਬੂਰ ਦਾ ਨਾ ਜੀ, ਇਕਬਾਲ ਸਿੰਘ ਜੀ 55 ਕੇਜੀ ਦਾ, ਇਕਬਾਲ ਸਿੰਘ ਜੀ ਰੰਧਾਵਾ ਸਾਹਿਬ ਸਾਨੂੰ ਦੱਸਣਗੇ ਮੂਲੰਡ ਵਰਸੇ ਚੰਬੂਰ। ਮੂਲਨ ਵਰਸੇ ਚੰਬੂਰ ਜੀ, ਮੂਲਨ ਵਰਸੇ ਚੰਬੂਰ 55 ਕਿਲੋ ਦਾ ਮੈਚ ਚਾਲੂ ਹੈ। ਮੂਲਨ ਵਰਸੇ ਚੰਬੂਰ, ਵਧੀਆ ਮੁਕਾਬਲਾ ਕਬੱਡੀ 55 ਕੇਜੀ ਦਾ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਜਿਹੜਾ ਆਉਣਾ ਹੈ ਗਾਟਕੋਪਰ ਵਰਸੇ ਨਰੋਲ, ਓਪਨ ਦੀਆਂ ਟੀਮਾਂ ਦਾ ਆਉਣਾ ਹੈ ਗਾਟਕੋਪਰ ਵਰਸੇ ਨਰੋਲ। ਉਧਰ ਜਫਾ ਵਾਹ, ਉਧਰ ਸੁਖੀ ਬਰਾੜ ਜੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਨੇ, ਦਮਨ ਉਹਨਾਂ ਦੇ ਨਾਲ ਮੇਰੇ ਵੀਰ ਫੋਨ ਤੇ ਲਗਾਤਾਰ ਸੰਪਰਕ ਬਣਿਆ ਹੋਇਆ ਹੈ, ਉਹ ਵੀ ਮੁਬਾਰਕਬਾਦ ਭੇਜ ਰਹੇ ਹੈ। ਸੁਖੀ ਬਰਾੜ ਜੀ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ, ਕਹਿੰਦੇ ਭਾਗੀ ਕੇ ਵਾਲੇ ਸੁਖੀ ਦਾ ਨਾਂ ਜਿਹੜਾ ਖੇਡ ਕਬੱਡੀ ਦੇ ਵਿੱਚ ਨੈਸ਼ਨਲ ਸਟਾਈਲ ਦੇ ਵਿੱਚ ਆਲੇ ਦਰਜੇ ਦੇ ਖਿਡਾਰੀਆਂ ਦੇ ਵਿੱਚ ਰਿਹਾ ਹੈ, ਦੁਨੀਆਂ ਦੇ ਸਟਾਰਾਂ ਦੇ ਵਿੱਚ ਰਿਹਾ ਹੈ। ਅਗਲੀ ਰੇਡ ਆਪਾਂ ਫਿਰ ਖੇਡ ਮੈਦਾਨ ਦੇ ਵਿੱਚ ਦੇਖੀਏ। ਮੂਲਨ ਦੀ ਟੀਮ ਦਾ ਇਹ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਇਹ ਹੈ ਜੁਝਾਰ ਇਸ ਵੇਲੇ ਕਬੱਡੀ ਪਾ ਰਿਹਾ ਹੈ, ਇੱਕ ਮਾਂ ਗੁਜਰੀ ਦਾ ਲਾਲ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਉਹਨਾਂ ਦਾ ਨਾਂ। ਇੱਕ ਇਹ ਤੁਹਾਡੇ ਸਾਹਮਣੇ ਜੁਝਾਰ ਇਸ ਵੇਲੇ ਮੇਰੇ ਵੀਰ ਕਬੱਡੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ, ਤੇ ਦੂਜੇ ਪਾਸੇ ਪੁੱਠੀ ਕੈਂਚੀ ਚੰਬੂਰ ਵਰਸਿਜ ਮੂਲਨ, ਚੰਬੂਰ ਦੇ 2 ਔਰ ਮੂਲਨ ਦੇ 3 ਪੁਆਇੰਟ ਹੈ, ਬਹੁਤ ਵਧੀਆ ਮੁਕਾਬਲਾ ਹੋ ਰਿਹਾ ਹੈ। ਇਸ ਤੋਂ ਬਾਅਦ 600 ਕਿਲੋ ਦੇ ਟਗਾ ਫੋਰ ਦੇ ਮੈਚ ਨੇ, ਖਾਰਗਰ ਵਰਸਿਜ ਮੂਲਨ ਔਰ
ਵਕਰੋਲੀ ਵਰਸੇ ਨਰੋਲ 600 ਕਿਲੋ ਟਗਾ ਫੋਰ। ਇਸ ਤੋਂ ਬਾਅਦ ਦੋ ਮੈਚ ਵਾਹ ਉਧਰ ਮੇਰੇ ਪੰਜਾਬੀ ਵੀਰੋ ਹੁਣ ਜਿਹੜਾ ਜੱਫਾ ਹੈ ਉਹ ਲੱਗ ਚੁੱਕਿਆ ਹੈ। ਇੱਕ ਤੁਹਾਡੇ ਲਈ ਖੁਸ਼ੀ ਵਾਲੀ ਗੱਲ ਇਹ ਹੈ ਜਸਪਾਲ ਸਿੰਘ ਜੀ ਸਿੱਧੂ ਮੈਨੂੰ ਦੱਸ ਕੇ ਗਏ ਹੈ ਵੀ ਕੱਲ ਨੂੰ ਠੀਕ 5 ਵਜੇ ਹੈਰੀ ਬਵੇਜਾ ਜੀ ਜਿਨ੍ਹਾਂ ਨੇ 4 ਸਾਹਿਬਜ਼ਾਦੇ ਫਿਲਮ ਬਣਾਈ ਹੈ ਮੇਰੇ ਵੀਰੋ ਜਿਹਨੇ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜਿਆ ਤੋੜੇ ਵੀ ਕਿਉਂ ਨਾ ਉਹ ਸੱਚ ਸੀ ਮੇਰੇ ਵੀਰੋ ਹੈਰੀ ਬਵੇਜਾ ਹੋਣੀ ਕੱਲ ਨੂੰ ਸਾਡੇ ਦਰਮਿਆਨ ਮੇਰੇ ਵੀਰੋ ਜ਼ਰੂਰ ਪੁੱਜਣਗੇ ਮਹਿਮਾਨ ਵਜੋਂ ਔਰ ਜਿਨ੍ਹਾਂ ਨੇ ਵੱਖਰੀ ਗੱਲ ਕੀਤੀ ਪਰ ਸ਼੍ਰੋਮਣੀ ਸੋਰੀ ਅਕਾਲ ਜੋਤ ਸੇਵਕ ਸੰਸਥਾ ਤੇ ਬਾਬਾ ਦੀਪ ਸਿੰਘ ਜੀ ਸੇਵਕ ਸੰਸਥਾ ਨੇ ਵੀ ਕਹਿੰਦੇ ਇਕੱਠੇ ਸ਼ੋਆਂ ਦੀਆਂ ਟਿਕਟਾਂ ਲੈ ਕੇ ਮੇਰੇ ਵੀਰੋ ਸਾਰੀ ਸੰਗਤ ਨੂੰ ਜਿਹੜੀ ਉਹ ਫਿਲਮ ਦਿਖਾਈ ਹੈ ਔਰ ਗੁਰੂ ਕੇ ਲੰਗਰ ਜਿਹੜੇ ਸਨ ਇੱਕ ਮਹੀਨਾ ਉਹ ਸਿਨੇਮਾ ਘਰਾਂ ਦੇ ਵਿੱਚ ਟੁੱਟ ਵਰਤਦੇ ਸਨ ਤੇ ਮੇਰੇ ਵੀਰੋ ਟਿਕਟਾਂ ਲੈ ਕੇ ਆਪ ਜਿਹੜੀ ਸੰਗਤ ਨੂੰ ਉਹ ਮੂਵੀ ਦਿਖਾਈ ਹੈ 4 ਸਾਹਿਬਜ਼ਾਦੇ ਫਿਲਮ ਹੈਰੀ ਬਵੇਜਾ ਉਹਨਾਂ ਨੇ ਬਣਾਈ ਹੈ ਉਹ ਗੁਰੂ ਮਹਾਰਾਜ ਦੀ ਮਿਹਰ ਹੈ ਉਹਨਾਂ ਤੇ। ਲਓ ਵੇਖੋ ਨਿੰਮੇ ਦਾ ਇਸ਼ਾਰਾ ਵੀ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਲਈ ਜਾਫੀ ਦਾ। ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਗਾਟ ਕੋਪਰ ਵਰਸਿਜ ਨਰੋਲ ਇਹ ਜਿਹੜੀਆਂ ਟੀਮਾਂ ਮੁਕਾਬਲੇ ਦੇ ਲਈ ਗਰਾਊਂਡ ਦੇ ਵਿੱਚ ਆਉਣਗੀਆਂ ਗਾਟ ਕੋਪਰ ਵਰਸਿਜ ਨਰੋਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਖੇਡ ਮੈਦਾਨ ਦੇ ਵਿੱਚ ਆਉਣ। ਲਓ ਬੱਬੂ ਇਸ ਵੇਲੇ ਪਾਉਂਦਾ ਹੋਇਆ ਕਬੱਡੀ ਤੇ ਦੂਜੇ ਪਾਸੇ ਸਟਾਪਰ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ ਰਾਜਵੀਰ ਮੇਰੇ ਵੀਰੋ ਇੱਕ ਪਾਸੇ ਬੱਬੂ ਤੇ ਦੂਜੇ ਪਾਸੇ ਰਾਜਵੀਰ ਇੱਕ ਵਾਰੀ ਤਾੜੀ ਮਾਰਦੇ ਖੁੱਲ ਕੇ ਪੁਆਇੰਟ ਸਟਾਪਰ ਦਾ ਪੁਆਇੰਟ ਮੇਰੇ ਵੀਰੋ ਇਸ ਨੌਜਵਾਨ ਸਟਾਪਰ ਦੇ ਹਿੱਸੇ ਜਾ ਜੁੜਿਆ 13 ਨੰਬਰ ਦੀ ਨਿੱਕਰ ਪਾਈ ਹੋਈ ਹੈ ਇਸ ਨੌਜਵਾਨ ਖਿਡਾਰੀ ਨੇ। ਕਸ਼ਮੀਰ ਸਿੰਘ ਕਲਾਰ ਜੀ ਨੇ ਸੇਵਾ ਭੇਜੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ 5000 ਦਾ ਚੈੱਕ ਭੇਜਿਆ ਹੈ ਕਸ਼ਮੀਰ ਸਿੰਘ ਕਲਾਰ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਜੀ। ਉਧਰ ਅਗਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਿ ਤੂੰ ਮਿਹਨਤ ਤੋਂ ਘਬਰਾਵੀ ਨਾ ਪਰ ਅੱਗਿਓਂ ਧੋਖਾ ਖਾਵੀ ਨਾ ਤੂੰ ਬੀਤੇ ਤੋਂ ਪਛਤਾਵੀ ਨਾ ਪਰ ਅੱਗਿਓਂ ਧੋਖਾ ਖਾਵੀ ਨਾ ਮਿਹਨਤ ਨਾਲ ਸਫਲਤਾ ਮਿਲਦੀ ਹੈ ਤੂੰ ਮਿਹਨਤ ਤੋਂ ਘਬਰਾਵੀ ਨਾ ਰਾਜੇ ਖੇਲੇ ਦੀ ਗੱਲ ਮਨ ਸੱਜਣਾ ਕਦੇ ਹੱਕ ਪਰਾਇਆ ਖਾਵੀ ਨਾ। ਲਓ ਪੁੱਠੀ ਕੈਂਚੀ ਮੇਰੇ ਵੀਰੋ ਪੁੱਠੀ ਕੈਂਚੀ ਕਹਿੰਦੇ ਜਦੋਂ ਪੈ ਜਾਂਦੀ ਹੈ ਤੇ ਸਮਾਂ ਆਪਣੇ ਦੰਦ ਚੀਨ ਦੀ ਕੰਧ ਆਪਣੇ ਦੰਦ ਚੀਨ ਦੀ ਕੰਧ ਜਿਹੀ ਕੋਈ ਮਜ਼ਬੂਤੀ ਨਾ ਜਦ ਪੈ ਜੇ ਪੁੱਠੀ ਕੈਂਚੀ ਫਿਰ ਕੋਈ ਗੱਲ ਕਸੂਤੀ ਨਾ ਜਦ ਪੈ ਜੇ ਪੁੱਠੀ ਕੈਂਚੀ ਫਿਰ ਕੋਈ ਗੱਲ ਕਸੂਤੀ ਨਾ। ਇਹ ਮੱਖਣ ਅਲੀ ਜੀ ਸਾਡੇ ਸਤਿਕਾਰਯੋਗ ਜਿਹੜੇ ਕਮੈਂਟੇਟਰ ਨੇ ਬੋਲ ਬੋਲਦੇ ਹੈ ਅੱਜ ਪ੍ਰੋਫੈਸਰ ਸਾਹਿਬ ਦੀ ਬਦੌਲਤ ਪ੍ਰੋਫੈਸਰ ਮੱਖਣ ਸਿੰਘ ਦੀ ਬਦੌਲਤ ਮੇਰੇ ਵੀਰੋ ਅੱਜ ਇੱਥੇ ਪੁੱਜੇ ਹੈ ਉਹਨਾਂ ਦੀ ਕਿਰਪਾ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ। ਲਓ ਖੇਡ ਮੈਦਾਨ ਦੇ ਵਿੱਚ ਠੰਡੀ ਠੰਡੀ ਹਵਾ ਇਹਨਾਂ ਖਿਡਾਰੀਆਂ ਦੇ ਪਿੰਡਾਂ ਨੂੰ ਛੋਹ ਕੇ ਲੰਘ ਰਹੀ ਹੈ ਸਰੀਰਾਂ ਨੂੰ ਛੋਹ ਕੇ ਲੰਘ ਰਹੀ ਹੈ। ਉਧਰ ਦਰਸ਼ਕ ਵੀਰ ਵੀ ਰਾਜਵੀਰ ਕਿੱਥੋਂ ਦਾ ਪਲੇਅਰ ਆ ਚੰਬੋਰ ਦਾ 500 ਰੁਪਇਆ ਪਰਵਿੰਦਰ ਸਿੰਘ ਵੱਲੋਂ 500 ਰੁਪਇਆ ਰਾਜਵੀਰ ਨੂੰ ਚੰਬੋਰ ਦੇ ਪਲੇਅਰ ਨੂੰ ਨਾਮ ਚੰਬੋਰ ਦੇ ਰਾਜਵੀਰ ਦੇ ਲਈ ਮਾਇਆ ਦੇ ਗੱਫੇ ਆਏ ਹੈ 6-6 ਦੇ ਸਕੋਰ ਦੋਵਾਂ ਟੀਮਾਂ ਦੇ। ਲਓ ਮੇਰੇ ਪੰਜਾਬੀ ਵੀਰੋ ਹੁਣ 6-7 ਕਰੂ ਕਿ ਨਹੀਂ ਇਹ ਟਾ ਸਿੰਘ ਜੀ ਪੁਆਇੰਟ ਦੱਸਿਓ ਚੰਬੂਰ ਦੇ ਜਾਫੀ ਨੇ ਜੋੜੇ ਆਪਣੀ ਟੀਮ ਦੇ ਲਈ ਜਾਂ ਫਿਰ ਦੂਸਰੀ ਟੀਮ ਦਾ ਇਹ ਨੌਜਵਾਨ 7-6 ਦਾ ਸਕੋਰ ਹੈ ਜੀ 7 ਚੰਬੂਰ ਔਰ 6 ਮੂਲਣ ਦੀਆਂ ਟੀਮਾਂ ਦੇ। ਇਹ ਤੋਂ ਅਗਲਾ ਮੈਚ ਹੈ ਜੀ ਓਪਨ ਦਾ ਘਾਟ ਕੋਪਰ ਵਰਸਿਸ ਨਰੋਲ ਉਹਨਾਂ ਦੋਵਾਂ ਟੀਮਾਂ ਨੂੰ ਬੇਨਤੀ ਤਿਆਰੀ ਕਰਨ ਘਾਟ ਕੋਪਰ ਵਰਸਿਸ ਨਰੋਲ ਓਪਨ ਦੀਆਂ ਟੀਮਾਂ ਜੀ। ਵਾਹ ਮੇਰਾ ਖਿਆਲ ਹੈ 8-8 ਹੋਣ ਲੱਗੇ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਵਧੀਆ ਟੱਕਰ ਬਹੁਤ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇਸ ਵੇਲੇ ਜੱਫਾ ਲੱਗੂ ਕਿ ਨਹੀਂ ਪੁਆਇੰਟ ਸਟੋਪਰ ਦਾ ਪੁਆਇੰਟ ਸਟੋਪਰ ਦਾ ਹਾਫ ਟਾਈਮ ਹੋ ਚੁੱਕਿਆ ਹੈ ਪੁਆਇੰਟ ਸਟੋਪਰ ਦਾ 500 ਰੁਪਇਆ ਸਟੋਪਰ ਨੂੰ ਮੋਲਨ ਦੀ ਟੀਮ ਨੂੰ ਕਸ਼ਮੀਰ ਸਿੰਘ ਉੱਪਲ ਵੱਲੋਂ ਇਨਾਮ ਦਿੱਤਾ ਜਾ ਰਿਹਾ 500 ਰੁਪਇਆ ਜੀ। ਇਕਬਾਲ ਸਿੰਘ ਜੀ ਕੀ ਸਕੋਰ ਹੈ 7-7 ਦੇ ਸਕੋਰ ਜੀ ਦੋਵਾਂ ਦਾ ਫਸਵਾਂ ਮੁਕਾਬਲਾ ਜੀ 7
ਤੇ 7.5 ਅੱਧਾ ਪੁਆਇੰਟ ਦੱਸੋ ਕਿਹੜੀ ਟੀਮ ਦਾ ਵਾਧਾ ਜੀ ਮੂਲਨ ਦਾ ਜੀ ਮੂਲਨ ਦੀ ਟੀਮ ਦਾ ਅੱਧਾ ਪੁਆਇੰਟ ਵਾਧਾ ਹੈ 7-7 ਦਾ ਸਕੋਰ ਹੈ ਦੋਨੋਂ ਟੀਮਾਂ ਦਾ ਜੇ ਮੈਚ ਤੁਹਾਨੂੰ ਏਦਾਂ ਲੱਗਦਾ ਵੀ ਵਧੀਆ ਹੋ ਰਿਹਾ ਇੱਕ ਵਾਰੀ ਤਾੜੀ ਮਾਰ ਦਿਓ ਇੱਕ ਜ਼ਰੂਰੀ ਬਬਲੂ ਨੂੰ ਚਮੋਰ ਦੀ ਟੀਮ ਨੂੰ 200 ਰੁਪਇਆ ਬਬਲੂ ਨੂੰ ਇੱਕ ਜ਼ਰੂਰੀ ਅਨਾਊਂਸਮੈਂਟ ਟੀਮ ਦਾ ਬਾਹਰਲੇ ਪਾਸੇ ਸਟੇਡੀਅਮ ਦੇ ਵਿੱਚ ਕੈਂਟੀਨ ਹੈ ਕੰਟੀਨ ਦੇ ਵਿੱਚ ਕੋਈ ਸੱਜਣ ਆਪਣਾ ਮੋਬਾਈਲ ਭੁੱਲ ਆਇਆ ਕੰਟੀਨ ਵਾਲੇ ਨੇ ਸੁਨੇਹਾ ਭੇਜਿਆ ਹੈ ਕਿ ਜਿਸ ਕਿਸੇ ਦਾ ਵੀ ਮੋਬਾਈਲ ਹੋਵੇ ਉਹ ਉੱਥੋਂ ਜਾ ਕੇ ਕਲੈਕਟ ਕਰ ਲਵੇ ਮੋਬਾਈਲ ਜਿਹਦਾ ਹੋਵੇ ਉਹ ਹੀ ਜਾਵੇ ਉਹਨਾਂ ਨੇ 3 ਸਵਾਲ ਪੁੱਛ ਕੇ ਫਿਰ ਮੋਬਾਈਲ ਦੇਣਾ ਬੱਬੂ ਸਟੋਪਰ ਨੂੰ 200 ਰੁਪਇਆ ਕਾਲੇ ਵੱਲੋਂ ਇਨਾਮ ਦਿੱਤਾ ਗਿਆ 200 ਰੁਪਇਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਬੱਬਲੂ ਹੈਲੋ ਲਓ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਕਹਿੰਦਾ ਪੁੱਤਰ ਜੰਮਦੀਆਂ ਨਿੱਤ ਕਰੋੜ ਮਾਵਾਂ ਪੁੱਤਰ ਜੰਮਦੀਆਂ ਨਿੱਤ ਕਰੋੜ ਮਾਵਾਂ ਹਾਂ ਫਿਰਲਾ ਹੀ ਬਣਦਾ ਮਰਦ ਦਲੇਰ ਵਰਗਾ ਪੁੱਤਰ ਜੰਮਦੀਆਂ ਨਿੱਤ ਕਰੋੜ ਮਾਵਾਂ ਕੋਈ ਵਿਰਲਾ ਹੀ ਜੰਮਦਾ ਮਰਦ ਦਲੇਰ ਵਰਗਾ ਕੋਈ ਛੀਣੀ ਮਾਹੀ ਜੰਮਦੀ ਹੈ ਭਿੰਡਰਾਂ ਵਾਲੇ ਜਰਨੈਲ ਸਿੰਘ ਸ਼ੇਰ ਵਰਗਾ ਭਿੰਡਰਾਂ ਵਾਲੇ ਜਰਨੈਲ ਸਿੰਘ ਸ਼ੇਰ ਵਰਗਾ ਔਰ ਹਾਫ ਟਾਈਮ ਤੋਂ ਬਾਅਦ ਅੱਜ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਆ ਮੇਰੇ ਵੀਰਿਓ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਜੋ ਪ੍ਰਧਾਨ ਨੇ ਸੰਤ ਸਮਾਜ ਦੇ ਮੇਰੇ ਵੀਰੋ ਤੇ ਚੀਫ ਪੈਟਰਨ ਨੇ ਅਕਾਲ ਜੋਤ ਸੇਵਕ ਸੰਸਥਾ ਚੈਰੀਟੇਬਲ ਟਰੱਸਟ ਨਿਊ ਬੰਬੇ ਸੀਬੀਡੀ ਬੇਲਾਪੁਰ ਘਾਟ ਗੋਪਰ ਵਰਸੀ ਨਰੋਲ ਦੀਆਂ ਟੀਮਾਂ ਦੇ ਦਰਮਿਆਨ ਇਸ ਤੋਂ ਬਾਅਦ ਓਪਨ ਦਾ ਜਿਹੜਾ ਮੈਚ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਲਓ ਮੇਰੇ ਵੀਰੋ ਮੁਕਾਬਲਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਬੱਲੇ ਬੱਲੇ ਹੋ ਗਈ ਉਧਰ ਫੈਸਲਾ ਹੋ ਚੁੱਕਿਆ ਹੈ ਬਬਲੂ 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 ਅਗਲਾ ਮੈਚ ਓਪਨ ਦਾ ਘਾਟ ਕੋਪਰ ਵਰਸਨ ਨਰੋਲ ਓਪਨ ਦੀਆਂ ਟੀਮਾਂ ਨੂੰ ਬੇਨਤੀ ਰੈਡੀ ਹੋ ਜਾਣ ਅਗਲਾ ਮੈਚ ਓਪਨ ਘਾਟ ਕੋਪਰ ਵਰਸਨ ਨਰੋਲ ਦੀਆਂ ਟੀਮਾਂ ਦਾ ਜੀ ਦੋਵਾਂ ਟੀਮਾਂ ਨੂੰ ਬੇਨਤੀ ਜਲਦੀ ਤੋਂ ਜਲਦੀ ਤਿਆਰ ਹੋ ਜਾਣ ਵਾਕੀ ਟੋਕੀ ਦੀ ਸਾਰੀ ਟੀਮ 15 ਮੈਂਬਰੀ ਟੀਮ ਜਸਪਾਲ ਭਾਜੀ ਸਾਡੇ ਹਰਮਨ ਪਿਆਰੇ ਸੇਠ ਜੀ ਜੋ ਕਿ ਵਾਕੀ ਟੋਕੀ ਉਹਨਾਂ ਦੇ ਕੋਲ ਵੀ ਹੈ ਹੀਰੇ ਭਾਜੀ ਕੋਲ ਇਕਬਾਲ ਸਿੰਘ ਜੀ ਪੱਲਾ ਭਾਜੀ ਹਰਦੇਵ ਭਾਜੀ ਕਾਕਾ ਪੱਡਾ ਦਾਸ ਦਲਵੀਰ ਸਿੰਘ ਅਮਰੀਕ ਸਿੰਘ ਭਾਜੀ ਕੋ ਅਵਤਾਰ ਸਿੰਘ ਸਿੱਧੂ ਕੋ ਅਵਤਾਰ ਸਿੰਘ ਤੁੜ ਗੋਟੀ ਭਾਜੀ ਕੋ ਕਾਕਾ ਸਾਮਰਾ ਕਰਮਵੀਰ ਸਿੰਘ ਜੀ ਸੈਣੀ ਕਾਕੂ ਕੋ ਤੇ ਬਲਜੀਤ ਸਿੰਘ ਜੀ ਬੁੱਲਰ ਭਾਜੀ ਕੋ ਇਹ ਸਾਰੇ ਸਿੰਘ ਵਾਕੀ ਟੋਕੀ ਦੀ ਸੇਵਾ ਨਿਭਾ ਰਹੇ ਆ ਰਵੀ ਵੱਲੋਂ ਚੰਬੂਰ ਦੀ ਟੀਮ ਨੂੰ 500 ਰੁਪਇਆ ਆਇਆ ਜੀ ਇਹ ਵੀਰ ਜੀ ਤੁਸੀਂ ਆਪ ਹੀ ਜਿਹੜੇ ਮਾਇਆ ਦੇ ਕਿਸੇ ਸਟੇਜ ਤੇ ਪਹੁੰਚਦੇ ਕਰਦੇ ਹੋ ਰਵੀ ਵੱਲੋਂ 500 ਰੁਪਇਆ ਚੰਬੂਰ ਦੀ ਟੀਮ ਦੇ ਲਈ ਆਇਆ ਬਹੁਤ ਬਹੁਤ ਧੰਨਵਾਦ ਹੈ ₹500 ਰੁਪਇਆ ਰਵੀ ਵੱਲੋਂ ਚਮੋਰ ਦੀ ਟੀਮ ਨੂੰ ਗਿਆਨ ਸਿੰਘ ਨਾ ਨਰੋਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਗਿਆਨ ਸਿੰਘ ਜੀ ਔਰ ਸਰਦਾਰ ਸੁਖਦੇਵ ਸਿੰਘ ਜੀ ਧਾਲੀਵਾਲ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਸਿੱਧੇ ਸਟੇਜ ਤੇ ਆ ਜਾਣ ਜੀ ਬਹੁਤ ਬਹੁਤ ਵੱਡਾ ਯੋਗਦਾਨ ਇਹਦਾ ਸਾਡੇ ਟੂਰਨਾਮੈਂਟ ਦੇ ਵਿੱਚ ਗਿਆਨ ਸਿੰਘ ਜੀ ਔਰ ਸੁਖਦੇਵ ਸਿੰਘ ਜੀ ਧਾਲੀਵਾਲ ਦੋਵਾਂ ਨੂੰ ਬੇਨਤੀ ਕਰਾਂਗੇ ਉਹ ਗਰਾਊਂਡ ਸਟੇਜ ਤੇ ਪਹੁੰਚਣ ਜੀ ਆਇਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਵੈਲਕਮ ਕੀਤਾ ਜਾਂਦਾ ਹੈ ਹੈਲੋ 10-10 ਦਾ ਸਕੋਰ ਹੈ ਜੀ ਭਾਜੀ ਲਓ ਜੀ 10-10 ਦਾ ਸਕੋਰ ਹੈ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ ਬਹੁਤ ਮੈਚ ਤੋਂ ਬਾਅਦ ਜੀਤ ਰੋਡ ਲਾਈਨਸ ਵੱਲੋਂ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ ਵੱਲ ਆ ਜਾਣ ਬੋਬੀ ਭਾਜੀ
ਉਧਰ ਜਫਾ ਲੱਗ ਚੁੱਕਿਆ ਤੇ ਪੁਆਇੰਟ ਸਟਾਪਰ ਦੇ ਇਸੇ ਜਿਹੜਾ ਮੇਰਾ ਖਿਆਲ ਆ ਵੀ 10 ਤੋਂ 11 ਕਰ ਦਿੱਤੇ ਆ ਇਸ ਖਿਡਾਰੀ ਨੇ ਜਿੰਨੇ ਵੀ ਮੈਚ ਹੋਏ ਆ ਹਰ ਇੱਕ ਮੈਚ ਦੀ ਜਿਹੜੀ ਜਿੱਤ ਹਾਰ ਹੈ 2 ਜਾਂ 3 ਪੁਆਇੰਟਾਂ ਤੇ ਹੋ ਰਹੀ ਹੈ ਬਹੁਤ ਨਿਖਾਰ ਆ ਚੁੱਕਿਆ ਬੰਬੇ ਦੇ ਪਲੇਅਰਾਂ ਦੇ ਵਿੱਚ ਤੇ ਮੇਰੀ ਬੇਨਤੀ ਹੈ ਵੀ ਟੂਰਨਾਮੈਂਟ ਤੋਂ ਪਹਿਲਾਂ 2 ਮਹੀਨੇ ਨਾ ਖੇਡਣਾ ਸ਼ੁਰੂ ਕਰਿਆ ਕਰੋ ਸਾਰਾ ਸਾਲ ਕਬੱਡੀ ਖੇਡਿਆ ਕਰੋ ਆਉਣ ਵਾਲਾ ਸਾਲ ਆਉਣ ਵਾਲਾ ਸਮਾਂ ਜਿਹੜਾ ਕਬੱਡੀ ਦਾ ਤੁਹਾਡੇ ਹੱਥ ਦੇ ਵਿੱਚ ਹੈ ਬੰਬੇ ਵਾਲਿਓ ਤੁਹਾਡੇ ਹੱਥ ਦੇ ਵਿੱਚ ਬਾਗਡੋਰ ਹੋਣੀ ਆ ਕਬੱਡੀ ਦੀ ਇੱਧਰ ਮੁਕਾਬਲਾ ਵਾਹ ਲੈ ਵੀ ਸਿੰਘ ਸਾਹਿਬ ਦੀ ਗ੍ਰੇਟ ਆ ਹੈ ਜੱਫਾ ਮੇਰੇ ਵੀਰੋ ਕੈਂਚੀ ਕੈਂਚੀ ਗੁੱਟ ਤੋਂ ਲਾਉਣੀ ਸਿੱਖ ਕੇ ਪਕੜ ਬਣਾ ਲਾ ਲੱਤਾਂ ਦੀ ਕੈਂਚੀ ਗੁੱਟ ਤੋਂ ਉੱਤੋਂ ਸਿੱਖ ਕੇ ਪਕੜ ਬਣਾ ਲਾ ਲੱਤਾਂ ਦੀ ਹੁਣ ਤੂੰ ਡੰਡ ਬੈਠਕਾ ਲਾ ਲੈ ਕੌਡੀ ਹੋ ਗਈ ਲੱਖਾਂ ਦੀ ਗੱਲ ਦੂਰ 11-11 ਦਾ ਸਕੋਰ ਜੀ 11-11 ਦਾ ਬਹੁਤ ਵਧੀਆ ਮੁਕਾਬਲਾ ਫਸਵਾਂ ਹੋ ਰਿਹਾ ਜੀ ਤੂਫਾਨ ਨੇ ਜੱਫਾ ਲਾਇਆ ਸੀਗਾ ਪਰ ਆਪਾਂ ਵੇਖੀਏ ਅਗਲੀ ਰੇਡ 13 ਨੰਬਰ ਦੀ ਪਾਈ ਹੋਈ ਨਿੱਕਰ ਕਹਿੰਦੇ ਮੁਕਾਬਲਾ ਜਾਫੀ ਦੇ ਨਾਲ ਹੈ ਮੇਰੇ ਵੀਰੋ ਤੇ ਪੁਆਇੰਟ ਰੇਡਰ ਦਾ ਐਂਡ ਪੂਰਾ ਫਸਮਾ ਜਿਹੜਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਇੱਕ ਪੁਆਇੰਟ ਇੱਕ ਅੱਧੇ ਦਾ ਫਰਕ ਹੀ ਚੱਲ ਰਿਹਾ ਮੇਰੇ ਵੀਰੋ ਕਦੇ ਉਧਰ ਤੇ ਕਦੇ ਉਧਰ ਇਹ ਹੈ ਕਿ ਰਣ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਬਾਹਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਬਾਹਰ ਜਿਹੜਾ ਕਹਿੰਦੇ ਪਹਿਲਾਂ ਵਾਰ ਕਰ ਗਿਆ ਉਹਦੀ ਜਿੱਤ ਹੁੰਦੀ ਆਓ ਗੱਲ ਹੌਸਲੇ ਦੀ ਜਿੱਤ ਹੈ ਮੇਰੇ ਵੀਰੋ ਮਿਹਨਤ ਕੀਤੀ ਹੋਈ ਦੀ ਜਿੱਤ ਹੋਣੀ ਹੈ ਲਓ ਵੇਖੋ ਪੁੱਠੀ ਕੈਂਚੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆ ਜਾਣ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਨੂੰ ਲੈ ਕੇ ਆ ਰਹੇ ਨੇ ਨਾਲ ਆ ਮੈਚ ਦੇ ਵਿੱਚ ਜੱਫੇ ਬਹੁਤ ਲੱਗੇ ਆ ਮੇਰੇ ਵੀਰੋ ਨਰੋਲ ਐਂਡ ਮੋਲਣ ਫਾਈਨਲ ਵਾਲੀਬਾਲ ਦੇ ਮੈਚ ਨੇ ਨਰੋਲ ਮੋਲਣ ਫਾਈਨਲ ਵਾਲੀਬਾਲ ਦਾ ਮੈਚ ਹੋਣ ਜਾ ਰਿਹਾ ਸਰਦਾਰ ਪਰਮਜੀਤ ਸਿੰਘ ਜੀ ਵਿਕਰੋਲੀ ਗੁਰਦੁਆਰਾ ਪ੍ਰਧਾਨ ਤੇ ਸਰਦਾਰ ਪ੍ਰਤਾਪ ਸਿੰਘ ਜੀ ਜਨਰਲ ਸਕੱਤਰ ਵਿਕਰੋਲੀ ਗੁਰਦੁਆਰਾ ਕਮੇਟੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਆਏ ਹੋਏ ਪ੍ਰਬੰਧਕਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਸਪੋਰਟਸ ਇਵੈਂਟ ਨੂੰ ਕਾਮਯਾਬ ਬਣਾਉਣ ਵਾਸਤੇ ਆਪਣਾ ਬਹੁਤ ਅਣਮੁੱਲਾ ਸਹਿਯੋਗ ਦਿੱਤਾ ਹੈ ਪ੍ਰਬੰਧਕਾਂ ਨੂੰ ਲਓ ਮੱਲੇ ਮੱਲੇ ਹੋ ਗਈ ਮੇਰੇ ਵੀਰੋ ਇੱਧਰ ਕਹਿੰਦੇ ਮੁਕਾਬਲਾ ਹੁਣ ਓ ਸੌਰੀ ਵਾਹ ਨੌਜਵਾਨ ਹੈ ਲੈ ਵੀ ਗੱਭਰੂ ਹੈ ਸਵਾਦ ਦੀ ਖੇਡ ਆ ਮੇਰੇ ਵੀਰੋ ਤਾੜੀ ਮਾਰ ਦੋ ਜੇ ਮਜ਼ਾ ਆ ਰਿਹਾ ਤੇ ਬਹੁਤ ਵਧੀਆ ਮੈਚ 15-12 ਦਾ ਸਕੋਰ ਜੀ 15-12 ਹੋ ਗਿਆ ਜੀ ਪਹਿਲਾਂ 1 ਪੁਆਇੰਟ ਦਾ ਫਰਕ ਸੀ ਪਰ ਹੁਣ ਥੋੜਾ ਜ਼ਿਆਦਾ ਫਰਕ ਜਿਹੜਾ ਪਾ ਦਿੱਤਾ 15-12 ਦਾ ਸਕੋਰ ਹੈ ਉਧਰ ਜੱਫਾ ਵੀ ਲੱਗਿਆ ਉਧਰ ਵੀ ਜੱਫਾ ਇੱਧਰ ਵੀ ਜੱਫਾ ਬਹੁਤ ਤਕੜੀ ਖੇਡ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਮੇਰੇ ਪੰਜਾਬੀ ਵੀਰੋ ਲਓ ਇਹ ਬੱਲੇ 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 ਲੈ ਵੀ ਜਾਫੀ ਦਾ ਨਾਂ ਦੱਸੀ ਵੀ ਕੀ ਹੈ ਨੌਜਵਾਨ ਰਾਜਵੀਰ ਇਹ ਚੰਬੂਰ ਦਾ ਰਾਜਵੀਰ ਹੈ ਜਿਸ ਨੌਜਵਾਨ ਨੇ ਜੱਫਾ ਲਾ ਕੇ ਚੰਬੂਰ ਦੀ ਟੀਮ ਦੇ ਨਾਲ ਜਿਹੜੀ ਸਪੋਰਟ ਕਰ ਰਹੇ ਇੱਕ ਵਾਰੀ ਤਾੜੀ ਮਾਰਿਓ ਜਰਾ ਤੇ ਦੂਜੇ ਪਾਸੇ ਜਿਹੜੇ ਮੇਰੇ ਵੀਰ ਪੰਜੋਰ ਰਾਜਵੀਰ ਨੂੰ 200 ਰੁਪਈਆ ਨਾਮ ਭੇਜ ਰਹੇ ਨੇ ਵਾਹ ਉਧਰ ਮੁੱਲਣ ਦੀ ਟੀਮ ਦਾ ਮੇਰੇ ਵੀਰੋ ਚੰਬੂਰ ਤੇ ਮੁੱਲਣ ਦੀ ਟੀਮ ਦੇ ਦਰਮਿਆਨ 55 ਕਿਲੋ ਦਾ ਮੈਚ ਖੇਡਿਆ ਜਾ ਰਿਹਾ ਹੈ ਇੱਧਰ ਮੁੱਲਣ ਦੀ ਟੀਮ ਦਾ ਨੌਜਵਾਨ ਜਾਫੀ ਹੈ ਜਿਹੜੇ ਮੁੱਲਣ ਨੂੰ ਸਪੋਰਟ ਕਰ ਰਹੇ ਇੱਕ ਵਾਰੀ ਤਾੜੀ ਮਾਰ ਕੇ ਦੱਸਿਓ ਜਰਾ ਸਾਰੀ ਸੰਗਤ ਖੁਸ਼ ਹੈ ਜਸਪਾਲ ਸਿੰਘ ਜੀ ਜਿਹੜਾ ਅੱਜ ਤੋਂ 7 ਸਾਲ ਪਹਿਲਾਂ ਬੂਟਾ ਲਾਇਆ ਸੀ ਉਹ ਗੁਰੂ ਮਹਾਰਾਜ ਕਿਰਪਾ ਕਰਨ ਵਾਲੇ ਸਮੇਂ ਦੇ ਵਿੱਚ ਫਲ ਵੀ ਜ਼ਰੂਰ ਦੇਊਗਾ ਤੇ ਸ਼ਾਮ ਵੀ ਕੋਸ਼ਿਸ਼ ਹੈ ਸਾਰੇ ਭਰਾਵਾਂ ਦੇ ਨਾਲ ਰਲ ਕੇ ਇਹ ਕੋਸ਼ਿਸ਼ ਹੈ ਮੇਰੇ ਵੀਰੋ ਸਾਰੇ ਭਰਾਵਾਂ ਦੇ ਨਾਲ ਰਲ ਕੇ ਜਿਹੜੀ ਕੀਤੀ ਜਾ ਰਹੀ ਹੈ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਔਰ ਇਹਨਾਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਇਹ ਕਾਲ ਜੋਤ ਸੇਵਕ ਸੰਸਥਾ ਤੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦਾ ਬਹੁਤ ਵੱਡਾ ਉਦਮ ਹੈ ਲਓ ਵੇਖੀਏ ਖੇਡ ਮੈਦਾਨ ਦੇ ਵਿੱਚ ਨੌਜਵਾਨ ਜੱਫਾ ਅਗਲੇ ਮੈਚ ਦੀ ਅਨਾਉਂਸਮੈਂਟ ਕੀਤੀ ਜਾਵੇ ਜੀ ਲਓ ਮੈਚ ਸਮਾਪਤ ਹੈ ਮੈਚ ਸਮਾਪਤ ਹੋ ਗਿਆ ਜੀ ਜਿਹੜੀ ਟੀਮ ਜੇਤੂ ਹੈ ਜੀ ਮੋਲਣ ਦੇ 16 ਜੀ ਔਰ ਚੰਬੂਰ ਦੇ 14
ਬਾਜੀ ਵਾ ਦੋ ਪੁਆਇੰਟਾਂ ਤੇ ਜਿੱਤੋ ਜੀ ਇੱਕ ਵਾਰੀ ਤਾੜੀ ਮਾਰ ਦੋਨੋਂ ਟੀਮਾਂ ਦੇ ਨਾਂ ਤੇ ਔਰ ਓਪਨ ਟੀਮ ਨੂੰ ਬੇਨਤੀ ਘਾਟਕੋਪਰ ਵਰਸਿਜ ਨਰੋਲ ਓਪਨ ਦਾ ਹੁਣ ਮੈਚ ਹੋਣ ਜਾ ਰਿਹਾ ਉਹਨਾਂ ਦੋਵਾਂ ਟੀਮਾਂ ਨੂੰ ਬੇਨਤੀ ਹੈ ਪ੍ਰਬੰਧਕਾਂ ਨੂੰ ਉਹਨਾਂ ਦੇ ਕਾਰਡ ਚੈੱਕ ਕਰਕੇ ਪਲੇਅਰਾਂ ਨੂੰ ਇੰਟਰ ਕਰਨ ਘਾਟਕੋਪਰ ਵਰਸਿਜ ਨਰੋਲ ਦੇਖੋ ਤੁਸੀਂ ਸਾਰੇ ਮੈਚ ਵੇਖੇ ਹੈ ਚਮੂਰ ਵਾਲੇ ਹਰ ਇੱਕ ਮੈਚ ਦੀ ਜਿਹੜੀ ਜਿੱਤ ਹਾਰ ਹੈ ਦੋ ਜਾਂ ਤਿੰਨ ਪੁਆਇੰਟਾਂ ਤੇ ਹੋ ਰਹੀ ਹੈ ਇਹ ਇੱਥੋਂ ਪਤਾ ਲੱਗਦਾ ਵੀ ਬੰਬੇ ਦੇ ਜਿਹੜੇ ਮੁੰਡੇ ਆ ਉਹਨਾਂ ਨੇ ਕਬੱਡੀ ਸਿੱਖ ਲਈ ਹੈ ਜਦੋਂ ਪਹਿਲੇ ਸਾਲ ਆਏ ਸੀ ਉਦੋਂ ਕੁਝ ਹੋਰ ਸੀ ਫਿਰ ਦੂਸਰੇ ਸਾਲ ਆਏ ਉਦੋਂ ਥੋੜਾ ਫਰਕ ਸੀ ਪਰ ਪਿਛਲੇ ਦੋ ਸਾਲਾਂ ਨਾਲੋਂ ਇਸ ਸਾਲ ਸਾਰੀਆਂ ਟੀਮਾਂ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਜਿਹੜੇ ਖਿਡਾਰੀ ਕਰ ਰਹੇ ਹੈ ਮੇਰੀ ਬੇਨਤੀ ਤੁਹਾਨੂੰ ਫੇਰ ਹੈ ਵੀ ਇਹ ਨਹੀਂ ਵੀ ਸੀਵੀਡੀ ਵਾਲਿਆਂ ਨੇ ਟੂਰਨਾਮੈਂਟ ਰੱਖਤਾ ਆਪਾਂ ਦੋ ਮਹੀਨੇ ਪਹਿਲਾਂ ਹੀ ਖੇਡਣਾ ਸ਼ੁਰੂ ਕਰਨਾ ਸਾਰਾ ਸਾਲ ਟਾਈਮ 'ਚੋਂ ਟਾਈਮ ਕੱਢ ਕੇ ਤੁਸੀਂ ਖੇਡਿਆ ਕਰੋ ਇਹਨਾਂ ਦੇ ਮਾਂ ਬਾਪ ਨੂੰ ਵੀ ਮੇਰੀ ਬੇਨਤੀ ਹੈ ਜਿਹੜੇ ਬੱਚੇ ਖੇਡ ਰਹੇ ਆ ਸਾਰੀਆਂ ਟੀਮਾਂ ਦੇ ਵੀ ਇਹਨਾਂ ਨੂੰ ਜ਼ਰੂਰ ਤੁਸੀਂ ਇੱਧਰ ਕਬੱਡੀ ਵੱਲ ਲੈ ਕੇ ਆਓ ਕਬੱਡੀ ਕੋਈ ਸਮਾਂ ਸੀ ਬਜ਼ੁਰਗ ਕਹਿੰਦੇ ਹੁੰਦੇ ਸੀ ਯਾਰ ਕਬੱਡੀ ਕੀ ਖੇਡਣੀ ਹੈ ਸੱਟਾਂ ਫਿੱਟਾਂ ਦੀ ਖੇਡ ਹੈ ਫਿਰ ਕਬੱਡੀ ਦੇ ਵਿੱਚ ਥੋੜ੍ਹਾ ਇਨਾਮ ਆਇਆ ਤੌਲੀਏ ਗਲਾਸ ਆ ਗਏ ਜੀ ਸ਼ਾਇਦ ਤੌਲੀਏ ਗਲਾਸਾਂ ਵਾਲੀ ਕਬੱਡੀ ਕਿਸੇ ਨੇ ਖੇਡੀ ਹੋਵੇ ਫਿਰ ਥੋੜ੍ਹਾ ਪੈਸਿਆਂ ਦੇ ਵਿੱਚ ਆ ਗਿਆ ਜੀ ਪਰ ਅੱਜ ਜਿਹੜਾ ਕਬੱਡੀ ਦਾ ਉਹ ਮੁੱਲ ਪੈ ਗਿਆ ਤੁਸੀਂ ਬੰਬੇ ਵਾਲਿਓ ਮੁੱਲ ਪਾ ਦਿੱਤਾ ਪੰਜਾਬ ਦੇ ਵਿੱਚ ਮੁੱਲ ਪਿਆ ਕੈਨੇਡਾ ਅਮਰੀਕਾ ਦੇ ਵਿੱਚ ਅੱਜ ਟਰੈਕਟਰ ਮੋਟਰਸਾਈਕਲ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਮੋਟਰਸਾਈਕਲ ਇਹਨਾਂ ਖਿਡਾਰੀਆਂ ਨੂੰ ਮਿਲ ਰਹੇ ਹੈ ਅਤੇ ਉਹ ਦਿਨ ਦੂਰ ਨਹੀਂ ਵੀ ਅੱਜ ਸੀਵੀਡੀ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਅਤੇ ਇਸ ਕਮਿਊਨਿਟੀ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਹੈ ਪੂਰੇ ਬੰਬੇ ਦੇ ਵਿੱਚ ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ ਇੱਕ ਸੀਜ਼ਨ ਹੁੰਦਾ ਹੈ ਇਸੇ ਤਰ੍ਹਾਂ ਬੰਬੇ ਦੇ ਵਿੱਚ ਵੀ ਇੱਕ ਸੀਜ਼ਨ ਹੋਇਆ ਕਰੇ ਸਾਡੀ ਇਹ ਦਿਲੋਂ ਤਮੰਨਾ ਸਾਡੀ ਦਿਲ ਦੀ ਇਹ ਸੋਚ ਹੈ ਅਸੀਂ ਅਰਦਾਸ ਹਰ ਵਕਤ ਕਰਦੇ ਰਹਿੰਦੇ ਹਾਂ ਵੀ ਬੰਬੇ ਦੇ ਵਿੱਚ ਜਿਹੜਾ ਪੰਜਾਬ ਵੱਸਦਾ ਸਾਡਾ ਉਹਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਤਾਂ ਤੁਸੀਂ ਹੈਗੇ ਹੀ ਹੋ ਗੁਰੂ ਮਹਾਰਾਜ ਦੀ ਮਿਹਰ ਹੈ ਔਰ ਤੁਸੀਂ ਗੁਰੂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪੰਜਾਬ ਦੇ ਵਿੱਚ ਡੇਰਾਵਾਦ ਆ ਜਿਹੜਾ ਬਹੁਤ ਫੈਲ ਚੁੱਕਿਆ ਪਰ ਉਹ ਚੀਜ਼ ਤੋਂ ਤੁਸੀਂ ਦੂਰ ਹੋ ਇਹ ਤੁਹਾਡੇ 'ਤੇ ਬਹੁਤ ਵੱਡੀ ਕਿਰਪਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮੇਰੀ ਬੇਨਤੀ ਇਕਬਾਲ ਸਿੰਘ ਜੀ ਰੰਧਾਵਾ ਨੂੰ ਵੀ ਉਹ ਜਿਹੜੀਆਂ ਅਗਲੀਆਂ ਟੀਮਾਂ ਹੈ ਉਹਨਾਂ ਨੂੰ ਅਨਾਊਂਸ ਕਰ ਦਿੱਤਾ ਜਾਵੇ ਹੈਲੋ ਓਪਨ ਦੀ ਟੀਮ ਘਾਟਕੋਪਰ ਵਰਸਿਜ ਨਰੋਲ ਦੋਵਾਂ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਇੰਟਰ ਕਰਨ ਸਾਡੇ ਕੋਲ ਕਸ਼ਮੀਰ ਸਿੰਘ ਜੀ ਕੁਲਾਰ ਸਾਹਿਬ ਦਾ ਚੈੱਕ ਪਹੁੰਚਾਇਆ ਉਹਨਾਂ 5000 ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੰਸਥਾ ਵੱਲੋਂ ਗੁਰਸੇਵਕ ਸਿੰਘ ਗੁਰਸੇਵਕ ਟਰਾਂਸਵੇਜ 5500 ਰੁਪਈਆ ਔਰ ਕੁਲਵੰਤ ਸਿੰਘ ਜੀ ਜੀ ਟੀ ਬੀ ਟ੍ਰੇਲਰ ਕੈਰੀਅਰ ਦਾ 11000 ਰੁਪਏ ਦੇ ਚੈੱਕ ਪਹੁੰਚੇ ਨੇ ਸੰਸਥਾ ਦੇ ਨਾਂ 'ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਮਾਇਆ ਨਾਲ ਸਹਿਯੋਗ ਦਾ ਸਹਿਯੋਗ ਦਿੱਤਾ ਸੰਸਥਾ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਉਹਨਾਂ ਦਾ ਸਟੇਜ 'ਤੇ ਸਰਦਾਰ ਅਮਰਜੀਤ ਸਿੰਘ ਜੀ ਸੰਧੂ ਮੁੱਲਣ ਤੋਂ ਉਹ ਵੀ ਹਾਜ਼ਰੀ ਭਰ ਰਹੇ ਨੇ ਇਸ ਖੇਡਾਂ ਦੇ ਮੌਕੇ 'ਤੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਬਾਹਰੋਂ ਆਈਆਂ ਸੰਗਤਾਂ ਦਾ ਵਾਪਸ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਿਮਰਨ ਟਰਾਂਸਪੋਰਟ ਕੰਪਨੀ ਜਤਿੰਦਰ ਰੋਡ ਲਾਈਨ ਕੁਲਦੀਪ ਰੋਡ ਲਾਈਨ ਸਤਕਾਰ ਰੋਡ ਲਾਈਨ ਢਿੱਲੋਂ ਹੈਵੇ ਕੈਰੀਅਰ ਢਿੱਲੋਂ ਟਰਾਂਸਪੋਰਟ ਸੰਧੂ ਟਰਾਂਸਪੋਰਟ ਜਗਜੀਤ ਰੋਡ ਲਾਈਨ ਅਕਾਲ ਟਰਾਂਸਪੋਰਟ ਬਿਕਰਮ ਰੋਡਵੇਜ਼ ਜੀ ਟੀ ਬੀ ਟ੍ਰੇਲਰ ਕੈਰੀਅਰ ਟ੍ਰੇਲਰ ਸਰਵਿਸ ਗਮਾਨ ਰੋਡ ਕੈਰੀਅਰ ਨਿਊ ਟੋਰਸ ਟਰਾਂਸਪੋਰਟ ਕੰਪਨੀ ਚੈਲ ਟਰਾਂਸਪੋਰਟ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਮਰਜੀਤ ਸਿੰਘ ਜੀ ਸੈਣੀ ਹਰਨੀਤ ਬੁੱਲ ਕੈਰੀਅਰ ਅਵਤਾਰ ਸਿੰਘ ਜੀ ਨਿਊ ਪਨਵੇਲ ਸਾਬਕਾ ਪ੍ਰਧਾਨ ਗੁਰਦੁਆਰਾ ਉਹਨਾਂ ਨੇ ਵੀ ਸੇਵਾ ਵਿੱਚ ਹਿੱਸਾ ਪਾਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਰੁਪਿੰਦਰ ਸਿੰਘ ਕਲੇਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਸ਼ਟਰ ਟੈਂਕ ਲੋਰੀ ਓਨਰ ਐਸੋਸੀਏਸ਼ਨ ਦੇ ਚੇਅਰਮੈਨ ਰੁਪਿੰਦਰ ਸਿੰਘ ਜੀ ਕਲਾਰ ਜੋ ਸਾਡੇ ਲਾਗੇ ਕਲੇਰ ਬਹੁਤ ਬਹੁਤ ਇਹਨਾਂ ਨੇ ਟਾਈਮ ਕੱਢਿਆ ਸਵੇਰ ਦੇ ਸਾਡੇ ਲਾਗੇ ਬੈਠੇ ਨੇ ਰੁਪਿੰਦਰ ਭਾਜੀ ਨੂੰ ਬੇਨਤੀ ਹੈ
कि वह मेन स्टेज से आने की कृपालता कर। रुपिंदर भाजी कृपा करके स्टेज पर आओ जी। सुखदेव सिंह सुखा भाजी न्यू पनवेल तो भी आए ने इत्थे संगत लैके बहुत बहुत उन्हां दा धन्नवाद किया जाता है। अवतार सिंह जी प्रबंधक कमेटी पनवेल वाली का बहुत बहुत धन्नवाद, बहुत सहयोग दिता उन्होंने भी इस ईवेंट नूं कराउण दे विच। सारिया ही गुरद्वारा प्रबंधक कमेटिया का CBD गुरद्वारा प्रबंधक कमेटी वालों बहुत बहुत धन्नवाद किया जाता है। ओपन की टीमों के जो नाम लए गए हैं प्रबंधकों को बेनती हो जल्द तो जल्दी 2 मिनट का टाइम है उन्होंने अंदर एंटर करना, उस तो बाद 600 किलो के टगा फोर के मैच होने ने खारगर वर्सिज मूलन और वकरौली वर्सिज नरोल 600 किलो टगा फोर। ओपन टीम गाड़कोपर नरोल दियां दोवां टीमां नूं 2 मिनट के एंटर करो। प्रबंधकों को बेनती उन्होंने कार्ड चैक के अंदर करन जी। असीं बेनती करांगे सरदार ज्ञान सिंह जी नरोल गुरद्वारा साहब के प्रधान ते सरदार सुखदेव सिंह जी धारीवाल के जिस तरह ही टीम ग्राउंड लाइनअप करनगियां इंट्रोडक्शन सैशन वास्ते आप जी कृपा करके ग्राउंड जाने की कृपालता करनी। साडे फोटोग्राफी वीर का भी बहुत बहुत धन्यवाद जो फोटोग्राफी कर रहे हैं, वो एक ना इधर भी आके कर लेना, बहुत उन्हों का धन्यवाद किया जाता है। सारिया का बहुत बहुत धन्यवाद है जी। जेडे CBD के बच्चे सारिया सेवा निभा रहे हैं बहुत बहुत धन्यवाद सारिया का। बलदेव सिंह नरोल तो जो सिक्योरिटी ब्राइट सिक्योरिटी जो हर साल साढ़े सेवा विच इत्थे सेवा करते हैं सिक्योरिटी की बाहर पार्किंग की सेवा और ग्राउंड के जो भी सेवा करते हैं ब्राइट सिक्योरिटी सरदार बलदेव सिंह जी उन्हों का बहुत बहुत धन्यवाद किया जाता है। सरदार जगजीत सिंह जी विरक जगजीत रोड लाइनस वो भी हाजरी भर रहे हैं। सरदार गुरविंदर सिंह जी GTB रोड कैरियर सरदार गुरविंदर सिंह जी पन्नू 11,000 का चैक इन्हों वालों सेवा दे विच दिता गया है। बहुत बहुत धन्यवाद सारे ही सपोर्टर का जिन्होंने तन ना मन नाल ते धन नाल इस ईवेंट दे विच अपना संजोग पाया है। टीमों को बेनती है कि वो जल्दी तो जल्दी ग्राउंड के विच पहुंचन। न्यू बल रोड लाइन वकरौली और परमजीत सिंह जी बल साहब उन्हों का बहुत बहुत धन्यवाद। रोली तो भी संगत पहुंची है प्रबंधक कमेटी उतो रोली तो भी पहुंचे ने उन्हों का भी बहुत बहुत धन्यवाद किया जाता है। गुरमेश सिंह जी ढिलों हैवे कैरियर रुपिंदर सिंह पप्पू जी ढिलों उन्होंने भी सेवा दी बहुत बहुत धन्यवाद। संधु ट्रांसपोर्ट कंपनी राजू वासी थंदे एग्रीकल्चर सुरेंद्रा जी सिंह CBD पिंक सिटी लॉजिस्टिक लिमिटेड नवजोत RTO हीरा सिंह पड्डा बहुत जोर लाने बहुत बहुत धन्यवाद उन्हों का जी। बाल लॉजिस्टिक कुंदन कैरियर संधू रोडवे
ਹਰਮਨ ਫਿਨੋ ਕੈਮ ਲਿਮਟਿਡ, ਅਕਾਲ ਟਰਾਂਸਪੋਰਟ ਕੰਪਨੀ, ਸਰਦਾਰ ਹਰਭਜਨ ਸਿੰਘ ਬਾਜਵਾ, ਜਗਤਾਰ ਸਿੰਘ ਵਕਰੋਲੀ ਐਸੋਸੀਏਟਡ ਬੁਲਕ ਮੂਵਰ, ਇੰਡੀਆ ਰੋਡਲੈਂਡ, ਸਰਦਾਰ ਦਾਰਾ ਸਿੰਘ ਜੀ ਦਾਲੀਵਾਲ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ। ਇਹਨਾਂ ਨੇ ਵੀ ਇਵੈਂਟ ਵਿੱਚ ਹਿੱਸੇ ਪਾਏ ਨੇ। ਕੋਪਰ ਖੰਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੇਵਾ ਭੇਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਮਾਸਟਰ ਲਿਫਟਰ ਕਲੰਬੋਲੀ ਅਵਤਾਰ ਸਿੰਘ, ਜੀ ਟੀ ਬੀ ਟ੍ਰੇਲਰ ਸਰਵਿਸ, ਨਿਊ ਟੂਰਿਸਟ ਟਰਾਂਸਪੋਰਟ, ਜੀ ਟੀ ਬੀ ਰੋਡ ਕੈਰੀਅਰ, ਇਕਬਾਲ ਸਿੰਘ ਮਥਾਰੂ, ਜਸਵਿੰਦਰ ਸਿੰਘ ਜੀ ਖਾਰਗਰ ਤੋਂ, ਉਹਨਾਂ ਨੇ ਵੀ ਸੇਵਾ ਭੇਜੀ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਦੋਨਾਂ ਟੀਮਾਂ ਨੂੰ ਬੇਨਤੀ ਹੈ ਕਿ ਉਹ ਛੇਤੀ ਤੋਂ ਛੇਤੀ ਲਾਈਨ ਅਪ ਕਰ ਲੈਣ ਤਾਂ ਕਿ ਇੰਟਰੋਡਕਸ਼ਨ ਦਾ ਸੈਸ਼ਨ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਸਰਦਾਰ ਗਿਆਨ ਸਿੰਘ ਜੀ ਨਿਰੋਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਨਾਲ ਪ੍ਰਬੰਧਕ ਸਿੰਘ, ਸਰਦਾਰ ਸੁਖਦੇਵ ਸਿੰਘ ਜੀ ਧਾਰੀਵਾਲ ਅਤੇ ਸਰਦਾਰ ਸੁਖਵਿੰਦਰ ਸਿੰਘ ਜੀ, ਦੋਨੇ ਟੀਮਾਂ ਦੇ ਇੰਟਰੋਡਕਸ਼ਨ ਸੈਕਸ਼ਨ ਪੂਰੇ ਕਰਨਗੇ। ਐਮ ਐਸ ਸਟੂਡੀਓ ਜੋ ਫੋਟੋਗ੍ਰਾਫੀ ਦਾ ਸਾਰਾ ਜ਼ਿੰਮਾ ਇਸ ਇਵੈਂਟ ਦਾ ਦੋਵੇਂ ਦਿਨਾਂ ਦਾ ਬਖੂਬੀ ਨਿਭਾ ਰਹੇ ਨੇ ਗੁਰਸਿੱਖ ਮੁੰਡੇ ਜੋ ਕਿ ਫੋਟੋਗ੍ਰਾਫੀ ਦੀ ਲਾਈਨ ਦੇ ਵਿੱਚ ਗਏ ਨੇ, ਕਾਫੀ ਨਾਮ ਕਮਾਇਆ ਮੁੰਡਿਆਂ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ। ਵੀਰੋ ਫੋਟੋਆਂ ਸੋਹਣੀਆਂ ਸੋਹਣੀਆਂ ਖਿੱਚਿਓ, ਫੇਸਬੁੱਕ 'ਤੇ ਚੱਲਣੀਆਂ ਸਾਰੀਆਂ। ਗਾਟ ਕੋਪਰ ਵਰਸਨ ਨਰੋਲ ਓਪਨ ਦੀ ਟੀਮ ਇੰਟਰੋਡਕਸ਼ਨ ਸਰਦਾਰ ਗਿਆਨ ਸਿੰਘ ਜੀ ਦਾਲੀਵਾਲ ਸਾਹਿਬ ਔਰ ਸ਼ਮਸ਼ੇਰ ਸਿੰਘ ਜੀ ਇੰਟਰੋਡਕਸ਼ਨ ਕਰਨੇ ਪਲੇਅਰਾਂ ਦੀ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ। ਰਘਬੀਰ ਸਿੰਘ ਗਿੱਲ ਸਾਹਿਬ ਵੀ ਸਟੇਡੀਅਮ ਵਿੱਚ ਪਹੁੰਚੇ ਨੇ। ਰਘਬੀਰ ਸਿੰਘ ਜੀ ਗਿੱਲ, ਸੁਖਵਿੰਦਰ ਸਿੰਘ ਬਿੱਟੂ ਭਾਜੀ, ਉਹਨਾਂ ਨੂੰ ਬੇਨਤੀ ਹੋ ਸਟੇਜ ਲਾ ਕੇ ਆ ਜਾਣ ਜੀ। ਲਾਡੀ ਭਾਜੀ ਵੀ ਨਾਲ ਨੇ, ਸਟੇਜ ਦੇ ਲਾ ਕੇ ਆ ਜਾਓ ਭਾਜੀ। ਐਮ ਐਲ ਏ ਲਾਡੀ ਜੀ ਹਰਦੇਵ ਸਿੰਘ, ਉਹਨਾਂ ਲੈ ਕੇ ਆਉਣ ਗੇਟ ਤੋਂ। ਰਘਬੀਰ ਸਿੰਘ ਗਿੱਲ, ਬਿੱਟੂ ਭਾਜੀ ਔਰ ਲਾਡੀ ਭਾਜੀ, ਵੈਲਕਮ ਜੀ ਆਇਆਂ ਨੂੰ, ਪ੍ਰਬੰਧਕਾਂ ਵੱਲੋਂ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਕਿਹੜੀ 2167 ਗੱਡੀ ਰੋਡ ਵਿੱਚ ਖਲੋਤੀ ਆ, ਰੈੱਡ ਕਲਰ ਦੀ ਗੱਡੀ 2167, ਉਹਨਾਂ ਨੂੰ ਬੇਨਤੀ ਉਹ ਸਾਈਡ ਤੇ ਕਰ ਲੈਣ, ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਰਹੀ ਆ। 2164 ਗੱਡੀ ਜਿਹਦੀ ਵੀ ਹੋਵੇ ਮੇਰੇ ਵੀਰ ਦੀ ਸਵਿਫਟ ਰੈੱਡ ਕਲਰ, ਉਹਨਾਂ ਨੂੰ ਬੇਨਤੀ ਉਹ ਸਾਈਡ ਤੇ ਕਰ ਲੈਣ, ਟ੍ਰੈਫਿਕ 'ਚ ਬਹੁਤ ਪ੍ਰੋਬਲਮ ਆ ਰਹੀ ਆ ਜੀ। ਜਸਪਾਲ ਜੀ, ਜਸਪਾਲ ਸਿੰਘ ਜੀ ਇੱਕ ਵਾਰੀ ਮੇਰੇ ਨਾਲ ਆ ਕੇ ਗਰਾਊਂਡ ਦੇ ਵਿੱਚ ਸੰਪਰਕ ਕਰਨ। ਪੈਡੀ ਸਿੰਘ, ਪੈਡੀ ਸਿੰਘ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਦਰਸ਼ਕਾਂ ਦਾ ਪਲੇਅਰਾਂ ਦਾ ਥੋੜ੍ਹਾ ਕੌਨਫੀਡੈਂਸ ਵਧਾਉਣ ਜੀ, ਵਧੀਆ ਵਧੀਆ ਗਾਣੇ ਵਜਾਉਣ। ਪੈਡੀ ਸਿੰਘ ਜੀ ਇੱਕ ਮਿੰਟ ਗਾਣਾ ਨਾ ਵਜਾਇਓ, ਲਓ ਜੀ ਸਾਰੇ ਧਿਆਨ ਦੇ ਨਾਲ ਸੁਣਿਓ, ਇੱਕ ਜਿਹੜੀ ਬਹੁਤ ਜ਼ਰੂਰੀ ਅਨਾਊਂਸਮੈਂਟ ਹੋਣ ਜਾ ਰਹੀ ਹੈ। ਖਿਡਾਰੀ ਵੀ ਧਿਆਨ ਦੇ ਨਾਲ ਸੁਣ ਲਓ, ਤੁਹਾਡੇ ਲਈ ਖੁਸ਼ਖਬਰੀ ਹੈ। ਜਿੱਥੇ ਸਰਦਾਰ ਕੁਲਵੰਤ ਸਿੰਘ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਹੈ ਔਰ
ਉਹਨਾਂ ਦੇ ਪੁੱਤਰਾਂ ਵੱਲੋਂ ਸਰਦਾਰ ਜਸਪਾਲ ਸਿੰਘ ਤੇ ਅਵਤਾਰ ਸਿੰਘ, ਜਸਪਾਲ ਸਿੰਘ ਸਿੱਧੂ ਤੇ ਅਵਤਾਰ ਸਿੰਘ ਸਿੱਧੂ ਜਿਹੜੇ ਖਿਡਾਰੀ ਕਬੱਡੀ ਓਪਨ ਦੇ ਵਿੱਚ ਬੈਸਟ ਹੋਣਗੇ ਉਹਨਾਂ ਨੂੰ ਸਪਲੈਂਡਰ ਮੋਟਰਸਾਈਕਲ ਤੇ ਜਾਣਗੇ ਮੇਰੇ ਦਰਸ਼ਕ ਵੀਰੋ ਬੋਲੇ। ਬੈਸਟ ਰੇਡਰ ਨੂੰ ਤੇ ਬੈਸਟ ਸਟੋਪਰ ਨੂੰ ਮੇਰੇ ਵੀਰੋ ਸਪਲੈਂਡਰ ਮੋਟਰਸਾਈਕਲ ਸਰਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਉਹਨਾਂ ਦੇ ਬੇਟੇ ਜਸਪਾਲ ਸਿੰਘ ਸਿੱਧੂ ਤੇ ਅਵਤਾਰ ਸਿੰਘ ਸਿੱਧੂ ਉਹਨਾਂ ਵੱਲੋਂ ਮੇਰੇ ਵੀਰੋ ਇਹ ਜਿਹੜੇ ਸਪਲੈਂਡਰ ਮੋਟਰਸਾਈਕਲ ਕੱਲ ਨੂੰ ਮੇਰੇ ਵੀਰੋ ਦਿੱਤੇ ਜਾਣਗੇ ਜਿਹੜੇ ਓਪਨ ਦੇ ਵਿੱਚ ਬੈਸਟ ਹੋਣਗੇ। ਗੁਰਦੁਆਰਾ ਗੁਰੂ ਨਾਨਕ ਦਰਬਾਰ ਅਰੋਲੀ ਵੱਲੋਂ ਸੇਵਾ ਪਹੁੰਚੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਰੋਲੀ ਪ੍ਰਬੰਧਕ ਕਮੇਟੀ ਦਾ। ਦਾਦਰ ਗੁਰਸਿੰਘ ਸਭਾ ਮੈਚ ਸਟਾਰਟ ਹੋ ਚੁੱਕਾ ਹੈ। ਘਾਟ ਕੋਪਰ ਦੀ ਰੇਟ ਪਹਿਲਾ ਪੁਆਇੰਟ ਘਾਟ ਕੋਪਰ ਨੂੰ ਡੇਢ ਪੁਆਇੰਟ 7-5-7 ਦਾ ਮੈਚ ਹੈ। ਘਾਟ ਕੋਪਰ ਵਰਸਜ ਨਰੋਲ, ਨਰੋਲ ਦੀ ਟੀਮ ਦਾ ਰੇਡਰ ਰੇਡ ਪਾਉਣ ਜਾ ਰਿਹਾ ਨਰੋਲ ਦੀ ਟੀਮ। ਪੁਆਇੰਟ ਰੇਡਰ ਦਾ ਜੀ ਨਰੋਲ ਵੱਲੋਂ ਰੇਟ ਪੈ, ਨਰੋਲ ਦਾ ਜਾਫੀ ਘਾਟ ਕੋਪਰ ਵੱਲੋਂ ਰੇਟ, ਨਰੋਲ ਦੇ ਜਾਫੀ ਨੇ ਇਹਦੇ ਬਹੁਤ ਵਧੀਆ ਜੱਫਾ ਮਾਰਿਆ ਨਰੋਲ ਦੇ ਪਲੇਅਰ ਨੇ। ਪੁਆਇੰਟ ਜਾਫੀ ਦਾ ਜੀ, ਪੁਆਇੰਟ ਜਾਫੀ ਦਾ ਨਰੋਲ ਵੱਲੋਂ ਰੇਟ। ਘਾਟ ਕੋਪਰ ਵਰਸਿਜ ਨਰੋਲ ਦਾ ਮੈਚ ਸਟਾਰਟ ਨੇ। ਪੁਆਇੰਟ ਰੇਡਰ ਦਾ ਜੀ, ਪੁਆਇੰਟ ਰੇਡਰ ਘਾਟ ਕੋਪਰ ਦੀ ਰੇਡਰ ਰੇਡ ਪਾਉਣ ਜਾ ਰਿਹਾ ਜੀ ਘਾਟ ਕੋਪਰ ਦਾ ਪਲੇਅਰ। ਬਹੁਤ ਵਧੀਆ ਮੈਚ, ਦੂਸਰਾ ਜੱਫਾ ਨਰੋਲ ਦੇ ਜਾਫੀ ਨੇ ਮਾਰਿਆ ਹੈ। ਜਦੋਂ ਜਿਹਾ ਚਾਲੇ ਹੋ ਰੇਡਰ ਔਰ ਜਾਫੀ ਦੀ ਬਹੁਤ ਵਧੀਆ। ਇਸ ਤੋਂ ਬਾਅਦ ਟਗੋਫੋਰ ਦੇ 600 ਕਿਲੋ ਦੇ ਦੋ ਮੈਚ ਹੋਣਗੇ, ਉਹਨਾਂ ਨੂੰ ਬੇਨਤੀ ਉਹ ਤਿਆਰ ਰਹਿਣ। ਖਾਰਗਰ ਮੋਲਣ ਔਰ ਵਕਰੋਲੀ ਨਰੋਲ ਸੀਬੀਡੀ ਦਾ ਹੈਪੀ ਸੈਣੀ ਸਟੇਜ ਦੇ ਮਗਰ ਆਵੇ ਜੀ। ਬੋਲਣ ਨੇ 600 ਕਿਲੋ ਦੀ ਅਗਲੀਆਂ ਟੀਮਾਂ ਰੈਡੀ ਰਹਿਣ ਜੀ ਟਗਾ ਫੋਰ ਦੀਆਂ। ਪੇਪਰ ਦੇ ਕਿਹੜਾ, ਚਮੂਰ ਦਾ ਵਾ, ਚਮੂਰ ਦਾ ਵਾ ਇਹ ਪੁਆਇੰਟ ਜਾਫੀ ਦਾ ਘਾਟ ਕੋਪਰ ਦੇ ਜਾਫੀ ਨੂੰ ਪੁਆਇੰਟ ਗਿਆ। ਪੁਆਇੰਟ ਜਾਫੀ ਨੂੰ ਜੀ ਘਾਟ ਕੋਪਰ ਨਰੋਲ ਦੀਆਂ ਟੀਮਾਂ ਦੋਵੇਂ ਓਪਨ ਦੀਆਂ ਟੀਮਾਂ ਬਹੁਤ ਵਧੀਆ ਮੁਕਾਬਲਾ ਹੋ ਰਿਹਾ ਹੈ। ਜਦੋਂ ਵੀ ਕੋਈ ਪਲੇਅਰ ਪੁਆਇੰਟ ਲੈ ਕੇ ਜਾਂਦਾ ਦਰਸ਼ਕਾਂ ਨੂੰ ਬੇਨਤੀ ਤਾੜੀਆਂ ਨਾਲ ਹੌਸਲਾ ਵਧਾਇਆ ਕਰੋ ਪਲੇਅਰਾਂ ਦਾ, ਤਾੜੀਆਂ ਮਾਰ ਕੇ ਪਲੇਅਰ ਦਾ ਹੌਸਲਾ ਵਧਾਓ। ਬਹੁਤ ਵਧੀਆ ਕੈਂਚੀ ਮਾਰੀ 600 ਕਿਲੋ ਦੀਆਂ ਟੀਮਾਂ ਰਸੇੜੀਆਂ ਨੂੰ ਬੇਨਤੀ ਉਹ ਕਾਰਡ ਚੈੱਕ ਕਰਾਉਣ ਜੀ। ਘਾਟ ਕੋਪਰ ਵਰਸਿਜ ਨਰੋਲ ਦੇ ਜੋ ਮੈਚ ਹੋ ਰਹੇ ਨੇ ਓਪਨ ਦੇ, ਬਹੁਤ ਵਧੀਆ ਮੈਚ।
ਪੁਆਇੰਟ ਕਿੰਨੇ ਦੱਸ 6-2 ਦਾ ਸਕੋਰ ਹੈ 6 ਨਰੋਲ 2 ਘਾਟਕੋਪਰ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਘਾਟਕੋਪਰ ਵਰਸਿਸ ਨਰੋਲ ਭੁੱਲਰ ਸਾਹਿਬ ਜਿੱਥੇ ਵੀ ਉਹ ਸਟੇਜ ਤੇ ਪਹੁੰਚਣ ਜੀ ਭੁੱਲਰ ਸੋਨੂੰ ਭੁੱਲਰ ਸੱਤ 3 ਦਾ ਸਕੋਰ ਚੱਲ ਰਿਹਾ ਨੋ ਨਰੋਲ ਘਾਟਕੋਪਰ ਦੀਆਂ ਟੀਮਾਂ ਦੋਵੇਂ ਓਪਨ ਮੈਚ ਚਾਲੂ ਹੈ ਇਸ ਤੋਂ ਬਾਅਦ 600 ਕਿਲੋ ਦੀਆਂ ਟਗਾ ਫੋਰ ਦੀਆਂ ਦੋਵੇਂ ਟੀਮਾਂ ਰੈਡੀ ਰਹਿਣ ਪੁਆਇੰਟ ਕਿੱਧਰ ਜੀ ਨਰੋਲ ਦਾ ਪੁੱਛਣ ਡੇ ਨਾ ਲਾਗੇ ਨੀ ਬਹਿਣ ਦੇਣ ਡੇ ਇਹਨਾਂ ਨੂੰ ਘਾਟਕੋਪਰ ਵਰਸਿਸ ਨਰੋਲ ਬਹੁਤ ਤਕੜਾ ਮੁਕਾਬਲਾ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ ਹੈ ਉਧਰ ਕਹਿੰਦੇ ਗੋਪੀ ਚਾਲ ਵੀ 2 ਨੰਬਰ ਤੋਂ ਮੇਰੇ ਵੀਰੋ ਟਰਾਈਆਂ ਕਰ ਰਿਹਾ ਹੈ ਨੌਜਵਾਨ ਪਰ ਇਧਰ ਜੱਫਾ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਲੱਗ ਚੁੱਕਿਆ ਹੈ ਨਰੋਲ ਕਮੇਟੀ ਵੱਲੋਂ ਜਿੰਨੇ ਵੀ ਜੱਫੇ ਲੱਗਣਗੇ ਹਰ ਇੱਕ ਜੱਫੇ ਦਾ ਮੇਰੇ ਵੀਰੋ 200 ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਹਰ ਰੇਡ ਦਾ ਵੀ 200 ਆਉਣਾ ਹੈ ਹਰ ਜੱਫੇ ਦਾ ਵੀ 200 ਲਓ ਪੈਂਦੀ ਹੋਈ ਕਬੱਡੀ ਕਿ ਰੇਡ ਪੈਂਦੀ ਆ ਪੱਟਾਂ ਦੇ ਉੱਤੇ ਥਾਪੀ ਮਾਰ ਕੇ ਅੱਖਰ ਰੱਖਣੀ ਵੀ ਪੈਂਦੀ ਜਾਫੀ ਵਾਲੀ ਤਾੜ ਕੇ ਟੱਚ ਮਾਰ ਕੇ ਕਸੂਟਾ ਪਿੱਠੀ ਕਰਕੇ ਨਹੀਂ ਆਉਣਾ ਰਾਜੇ ਖੇਲੇ ਇਹਨੂੰ ਕਹਿੰਦੇ ਜ਼ੋਰ ਹਿੱਕ ਦਾ ਦਿਖਾਉਣਾ ਰਾਜੇ ਖੇਲੇ ਇਹਨੂੰ ਕਹਿੰਦੇ ਜ਼ੋਰ ਹਿੱਕ ਦਾ ਦਿਖਾਉਣਾ ਲਓ ਘਾਟਕੋਪਰ ਦੀ ਟੀਮ ਦਾ ਨੌਜਵਾਨ ਘਾਟਕੋਪਰ ਦੀ ਟੀਮ ਦਾ ਖਿਡਾਰੀ ਇਸ ਵੇਲੇ ਲਾਹ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ ਉਧਰ ਜਸਪਾਲ ਸਿੰਘ ਸਿੱਧੂ ਉਹਨਾਂ ਨੇ ਅਨਾਊਂਸ ਕਰ ਦਿੱਤਾ ਐਲਾਨ ਕਰ ਦਿੱਤਾ ਹੈ ਵੀ ਸਰਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਜਿਹੜੇ ਓਪਨ ਦੇ ਵਿੱਚ ਬੈਸਟ ਰੇਡਰ ਤੇ ਜਾਫੀ ਹੋਣਗੇ ਉਹਨਾਂ ਨੂੰ ਸਪਲੈਂਡਰ ਪਲੱਸ ਮੋਟਰਸਾਈਕਲ ਦਿੱਤੇ ਜਾਣਗੇ ਇਹ ਕਬੱਡੀ ਦੇ ਨਾਲ ਪਿਆਰ ਹੈ ਕਿਉਂਕਿ ਸਰਦਾਰ ਕੁਲਵੰਤ ਸਿੰਘ ਨੇ ਮੇਰੇ ਵੀਰੋ ਸਮਾਜ ਸੇਵੀ ਕੰਮਾਂ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਉਹਨਾਂ ਦੇ ਨਕਸ਼ੇ ਕਦਮਾਂ ਤੇ ਮੇਰੇ ਵੀਰੋ ਉਹਨਾਂ ਦੇ ਬੇਟੇ ਜਿਹੜੇ ਚੱਲ ਰਹੇ ਹੈ ਗੁਰੂ ਮਹਾਰਾਜ ਦੀ ਮਿਹਰ ਹੈ ਸਰਦਾਰ ਕੁਲਵੰਤ ਸਿੰਘ ਸਿੱਧੂ ਦੀ ਹਜੇ ਬੜੀ ਲੋੜ ਸੀ ਇਸ ਮੇਰੇ ਵੀਰੋ ਸੁਸਾਇਟੀ ਨੂੰ ਮੁੰਬਈ ਨੂੰ ਸਿੱਖ ਕਮਿਊਨਿਟੀ ਨੂੰ ਬੜੀ ਲੋੜ ਸੀ ਪਰ ਭਾਣੇ ਮੰਨਣੇ ਪੈਂਦੇ ਨੇ ਮੇਰੇ ਵੀਰੋ ਜਾਣਾ ਪੈਂਦਾ ਹੈ ਪਰ ਅੱਜ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡਾ ਵੀਰ ਜਸਪਾਲ ਸਿੰਘ ਸਿੱਧੂ ਚੱਲ ਰਿਹਾ ਅਵਤਾਰ ਸਿੰਘ ਸਿੱਧੂ ਚੱਲ ਰਿਹਾ ਪਰਮਾਤਮਾ ਇਸ ਪਰਿਵਾਰ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਉਧਰ ਸਾਡੇ ਮਾਤਾ ਜੀ ਉਹ ਵੀ ਸਾਡੇ ਦਰਮਿਆਨ ਪੁੱਜੇ ਹੋਏ ਹੈ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਲਓ ਮੈਚ ਦਾ ਹਾਫ ਟਾਈਮ ਇਕਬਾਲ ਸਿੰਘ ਜੀ ਰੰਧਾਵਾ ਸਾਹਿਬ ਇਸ ਬੂਟਾ ਸਿੰਘ ਜੀ ਸਾਡੇ ਰੁਪਿੰਦਰ ਸਿੰਘ ਜੀ ਸਾਰੇ ਸਤਨਾਮ ਸਿੰਘ ਜੀ ਤੁਰ ਢਿੱਲੋਂ ਸਾਹਿਬ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਇਸ ਵੇਲੇ ਵਿਰਾਜਮਾਨ ਨੇ ਸਟੇਜ ਤੇ ਪਲੀਜ਼ ਅਨਾਊਂਸ ਕਰ ਦਿੱਤਾ ਜਾਵੇ ਉਧਰ ਚਾਲ ਟਰਾਂਸਪੋਰਟ ਬਾਰਾਂ 4 ਦਾ ਸਕੋਰ ਹੈ ਦੋਵਾਂ ਟੀਮਾਂ ਦਾ ਰੱਸੇ ਦੀਆਂ ਟੀਮਾਂ ਨੂੰ ਲਾਸਟ ਅਲੋਸਮੈਂਟ ਕੀਤੀ ਜਾਂਦੀ ਆ ਨਹੀਂ ਤਾਂ ਦੋਵੇਂ ਟੀਮਾਂ ਡਿਸਕੁਆਲੀਫਾਈ ਕੀਤੀਆਂ ਜਾਣਗੀਆਂ ਖਾਰਗਰ ਮੁੱਲਣ 600 ਕਿਲੋ ਦੀ ਟੀਮ ਲਾਸਟ ਅਲੋਸਮੈਂਟ ਨਹੀਂ ਤਾਂ ਉਸ ਤੋਂ ਬਾਅਦ ਵਿਕਰੋਲੀ ਨਰੋਲ ਰੈਡੀ ਰਹਿਣ ਦੋਵਾਂ ਟੀਮਾਂ ਨੂੰ ਬੇਨਤੀ ਜਲਦੀ ਤੋਂ ਜਲਦੀ ਰੈਡੀ ਕਾਰਡ ਵਿਖਾਉਣ ਆਪਣੇ ਜੀ ਘਾਟਕੋਪਰ ਵਰਸਿਸ ਨਰੋਲ ਓਪਨ ਦੀਆਂ ਟੀਮਾਂ 12-4 ਦਾ ਸਕੋਰ ਚੱਲ ਰਿਹਾ ਦੋਵਾਂ ਟੀਮਾਂ ਦਾ ਵਾਟਰ ਬ੍ਰੇਕ ਹਾਫ ਟਾਈਮ ਕੱਢ ਕੇ ਪਾਵਾਂਗੇ ਚੰਗਾ
ਮੁੰਬਈ ਕੇ ਸੀਵੀਡੀ ਬੇਲਾਪੁਰ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਪਗਾਉਂਦੇ ਨੇ ਸੀਵੀਡੀ ਬੇਲਾਪੁਰ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਪਗਾਉਂਦੇ ਨੇ ਦਸਾਂ ਨਹਾਂ ਦੀ ਕਿਰਤ ਕਮਾਈ ਖੇਡਾਂ ਉੱਪਰ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਣਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ ਰਾਜੇ ਖੇਲੇ ਸੱਚੇ ਅੰਡੀਕਾ ਗੱਡੀ ਦੀ ਇੱਕ ਚਾਬੀ ਗਵਾਚੀ ਰਿਮੋਟ ਦੇ ਨਾਲ ਅੰਡੀਕਾ ਗੱਡੀ ਜਿਹਨੂੰ ਵੀ ਕਿਸੇ ਨੂੰ ਚਾਬੀ ਮਿਲੀ ਉਹ ਸਟੇਜ ਤੇ ਪਹੁੰਚਾ ਦੇਣਾ ਇੱਕ ਅੰਡੀਕਾ ਗੱਡੀ ਦੀ ਚਾਬੀ ਗਵਾਚੀ ਕਿਸੇ ਮੇਰੇ ਵੀਰ ਦੀ ਜੇ ਕਿਸੇ ਨੂੰ ਲੱਭੀ ਹੋਵੇ ਉਹ ਸਟੇਜ ਤੇ ਪਹੁੰਚਾ ਦੇਣ ਜੀ ਚਾਬੀ ਪੁਆਇੰਟ ਰੇਡਰ ਨੂੰ ਜੀ ਸਰਦਾਰ ਰਘਵੀਰ ਸਿੰਘ ਜੀ ਗਿੱਲ ਸਾਹਿਬ ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆਏ ਹੈ ਬੰਬੇ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਸਾਰੇ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਪ੍ਰਧਾਨਗੀ ਦੀ ਸਰ ਰਘਵੀਰ ਸਿੰਘ ਗਿੱਲ ਉਹਨਾਂ ਨੂੰ ਮਿਲੀ ਹੈ ਉਹ ਸਾਡੇ ਦਰਮਿਆਨ ਅਚੇਤੇ ਤੌਰ ਤੇ ਪੁੱਜੇ ਅਸੀਂ ਉਹਨਾਂ ਨੂੰ ਅਕਾਲ ਜੋਤ ਸੇਵਕ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਕ ਸੰਸਥਾ ਚੈਰੀਟੇਬਲ ਟਰੱਸਟ ਵੱਲੋਂ ਜੀਆਂ ਨੂੰ ਆਖਦੇ ਹੈ ਹਰਿਆਣੇ ਦੀ ਟੀਮ ਮੈਨੂੰ ਪਤਾ ਲੱਗਿਆ ਵੀ ਸ਼ੋਅ ਮੈਚ ਵਾਲੀ ਪਹੁੰਚੀ ਹੈ ਸਾਡੇ ਰਾਜੂ ਜੀਆਂ ਨੂੰ ਬੇਨਤੀ ਹੈ ਜੇਕਰ ਪਹੁੰਚੀ ਹੋਵੇ ਤਾਂ ਇੱਕ ਵਾਰੀ ਗਰਾਊਂਡ ਦੇ ਵਿੱਚ ਖਿਡਾਰੀਆਂ ਨੂੰ ਜ਼ਰੂਰ ਲੈ ਕੇ ਆਉਣ ਰਾਜੂ ਉਹਨਾਂ ਨੂੰ ਸਾਡੇ ਬੇਨਤੀ ਹੈ ਹਰਿਆਣੇ ਦੀ ਟੀਮ ਪਰ ਇੱਧਰ ਜੱਫਾ ਖੇਡ ਮੈਦਾਨ ਦੇ ਵਿੱਚ ਪੁਆਇੰਟ ਸਟੋਪਰ ਦਾ ਹੈ ਪੁਆਇੰਟ ਮੇਰੇ ਵੀਰੋ ਇਸ ਲਈ ਜਾਫੀ ਦੇ ਇਸੇ ਜਾ ਜੁੜਿਆ ਅਗਲੀ ਰੇਡ ਇਸ ਨੌਜਵਾਨ ਦੀ ਮੇਰੇ ਵੀਰੋ ਲੋ ਖੇਡ ਉਧਰ ਗੋਪੀ ਚਾਲ ਦੇ ਚਾਚਾ ਜੀ ਜੱਫੇ ਦੇ ਲਈ 200 ਦਾ ਮਾਨ ਕਰ ਰਿਹਾ ਮੈਂ ਵੀ ਗੋਪੀ ਨੌਜਵਾਨ ਹੈ ਇਹ ਮਾਇਆ ਦੇ ਗੱਫੇ ਅੱਛਾ ਗੋਪੀ ਚਾਲ ਦਾ ਚਾਚਾ ਵੀ ਖੇਡ ਰਿਹਾ ਤੇ ਭਤੀਜਾ ਵੀ ਖੇਡ ਰਿਹਾ ਲਾਡੀ ਚਾਲ ਪਰ ਖੇਡ ਮੈਦਾਨ ਦੇ ਵਿੱਚ ਵੇਖੀਏ ਅਗਲੀਆਂ ਟੀਮਾਂ ਟਾਗ ਆਫ ਵਾਰ ਦੀਆਂ ਆਉਣਗੀਆਂ ਜੀ ਮੇਰਾ ਖਿਆਲ ਹੈ ਟਾਗ ਆਫ ਵਾਰ ਦੀਆਂ ਜਿਹੜੀਆਂ ਟੀਮਾਂ ਅਗਲੇ ਮੁਕਾਬਲੇ ਦੀਆਂ ਹੋਣਗੀਆਂ ਉਧਰ ਟਾਟਾ ਬਾਫਨਾ ਮੋਟਰ ਪਿੰਕ ਸਿਟੀ ਲੋਜਿਸਟਿਕ ਹਰਮਨ ਚਾਲ ਟਰਾਂਸਪੋਰਟ ਪੀਐਮਸੀ ਬੈਂਕ ਜੀਵਨ ਰੋਡ ਲਾਈਨ ਮਿੰਨੀ ਪੰਜਾਬ ਕੈਟਰਿੰਗ ਐਂਡ ਸਰਵਿਸ ਔਰ ਸਿਮਰਨ ਟਰਾਂਸਪੋਰਟ ਥਾਂਦੇ ਐਗਰੀਕਲਚਰ ਨਾਰਥ ਤੜਕਾ ਮਲਾਦ ਭਾਰਤ ਵਿੰਜ ਸੰਧੂ ਟਰਾਂਸਪੋਰਟ ਵਾਲਿਆਂ ਦਾ ਵੀ ਧੰਨਵਾਦ ਹੈ ਤੇ ਨਾਲ ਮੇਰੇ ਵੀਰੋ ਚੰਦਰ ਲੋਜਿਸਟਿਕ ਔਰ ਗੋਦਰੇਜ ਇੰਟੀਰੀਓ ਔਰ ਉਸ ਤੋਂ ਬਾਅਦ ਨਵਯੋਤ ਕੰਸੋਲੈਂਟ ਔਰ ਜਗਜੀਤ ਰੋਡ ਲਾਈਨ ਅਕਾਲ ਟਰਾਂਸਪੋਰਟ ਦਸ਼ਮੇਸ਼ ਰੋਡ ਐਂਡ ਕੈਰੀਅਰਸ ਔਰ ਬਿਕਰਮ ਰੋਡਵੇਜ ਸ਼ੈਣੀ ਹੈਵੀ ਇਲੈਕਟ੍ਰੀਕਲ ਇੰਜੀਨੀਅਰਿੰਗ ਔਰ ਜਤਿੰਦਰ ਰੋਡ ਲਾਈਨਸ ਪ੍ਰਸ਼ਾਂਤ ਕੈਲੀਬਰੇਸ਼ਨ ਸੈਂਟਰ ਰੁਪਿੰਦਰ ਸਰਵਿਸ ਸੈਂਟਰ ਪਾਵਲਾ ਗਰੁੱਪ ਦਸ਼ਮੇਸ਼ ਰੋਡ ਲਾਈਨ ਤੇ ਵੈਲਵਲ ਕੈਰੀਅਰ ਘੁਮਾਨ ਰੋਡ ਕੈਰੀਅਰ ਔਰ ਅਜੀਤ ਰੋਡ ਲਾਈਨ ਢਿੱਲੋਂ ਹਾਈਵੇ ਕੈਰੀਅਰ ਨਿਊ ਬਲ ਟਰਾਂਸਪੋਰਟ ਸਪਰਿੰਗ ਵੇਲ ਚੱਲਦੇ ਵੇਖ ਟਰਾਲੇ ਸ਼ੇਰ ਪੰਜਾਬੀਆਂ ਦੇ ਚੱਲਦੇ ਵੇਖ ਟਰਾਲੇ ਵਾਹ ਹੁਣ ਨਹੀਂ ਰਿਸਾ ਹੁਣ ਸਵਾਦ ਆ ਗਿਆ ਮੇਰੇ ਵੀਰੋ ਇਹ ਪੁਆਇੰਟ ਰੇਡਰ ਦਾ ਮੈਚ ਦਾ ਨਜ਼ਾਰਾ ਆ ਰਿਹਾ ਕਿ ਨਹੀਂ ਤਾੜੀ ਮਾਰ ਕੇ ਦੱਸਿਓ ਸਾਰਿਆਂ ਨੂੰ ਆਨੰਦ ਆ ਰਿਹਾ ਸਾਰੇ ਸਵਾਦ ਲੈ ਰਹੇ ਦਿਆਲਪ੍ਰੀ ਇਹ ਵੀ ਇਹਦੀਆਂ ਗੱਲਾਂ ਵੀ ਆਪਾਂ ਪੰਜਾਬ ਦੇ ਵਿੱਚ ਕਰਦੇ ਹਾਂ ਜੀ ਕਰਦਾ ਪੰਜਾਬੀਆਂ ਨੂੰ ਇੱਥੇ ਲੈ ਆਈਏ ਜਿਹੜੇ ਪੰਜਾਬ ਦੇ ਵਿੱਚ ਸਾਡੇ ਵੀਰ ਵੱਸਦੇ ਉਹਨਾਂ ਨੂੰ ਜੀ ਕਰਦਾ ਵੀ ਆਹ ਦਿਖਾਈਏ 500 ਰੁਪਇਆ ਨਰੋਲ ਦੀ ਟੀਮ ਬੰਟੀ ਨੂੰ ਨਾਮ ਪਹੁੰਚਿਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ 500 ਰੁਪਇਆ ਜੀ ਬੜੀ ਸੋਝੀ ਆ ਗਈ ਇਹਨਾਂ ਨੌਜਵਾਨਾਂ ਨੂੰ ਵੀ ਸੈੱਟ ਦੇਖੋ ਕਿੱਥੋਂ ਤੋੜਨਾ ਵੀ 30 ਸੈਕਿੰਡ ਆਪਾਂ ਇਹਨਾਂ ਦੇ ਵੇਸਟ ਕਰਨੇ ਹੈ ਲੋ ਗੋਪੀ ਚਾਲ ਮੇਰੇ ਵੀਰੋ ਏਦਾਂ ਲੱਗਦਾ ਜਿਵੇਂ ਗੁਰਮੀਤ ਮੰਡੀਆਂ ਕਬੱਡੀ ਪਾਉਂਦਾ ਹੋਵੇ ਆਹ ਵੇਖੋ ਮੇਰੇ ਪੰਜਾਬੀ ਵੀਰੋ ਔਰ ਲੈ ਵੀ ਮਿੱਤਰਾ ਸੀਟੀ ਸੁਣ ਲਿਆ ਕਰੋ ਕਿਉਂਕਿ ਫਾਊਲ ਹੋ ਗਿਆ ਪੈਰ ਬਾਹਰ ਹੋਇਆ ਸੀ ਪੈਰ ਬਾਹਰ ਸੀ ਫਾਊਲ ਹੋ ਗਿਆ ਪਲੀਜ਼ ਥੋੜ੍ਹਾ ਧਿਆਨ ਦੇ ਨਾਲ ਸੀਟੀ ਦੀ ਆਵਾਜ਼ ਵੀ ਸੁਣਿਆ ਕਰੋ ਮੇਰੇ ਵੀਰੋ ਲਓ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਨੌਜਵਾਨ ਸਿੱਖ ਸਰਦਾਰ ਵਧਿਆ ਹੋਇਆ ਪਾਉਣ ਦੇ ਲਈ ਕਬੱਡੀ ਉਧਰ ਅਗਲੇ ਮੈਚਾਂ ਦੀਆਂ ਟੀਮਾਂ ਆਪਣੇ ਮੈਚ ਅਨੁਸਾਰ ਜਿਹੜੀਆਂ ਟਾਗ ਆਫ ਵਾਰ ਦੀਆਂ ਹੈ ਉਹ ਵੀ ਤਿਆਰ ਰਹਿਣ ਇਸ ਤੋਂ ਅਗਲੇ ਮੈਚ ਹੈ ਜਿਹੜੇ ਉਹ ਵਾਹ ਸਿੰਘ ਸਾਹਿਬ ਦੀ ਗ੍ਰੇਟ ਐਨ ਮੇਲਾ ਲੁੱਟ ਲਿਆ ਨੌਜਵਾਨਾਂ ਸਵਾਦ ਆ ਗਿਆ ਮੁਬਾਰਕਬਾਦ ਹੈ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਜਿਨ੍ਹਾਂ ਦਾ ਇਹ ਟੂਰਨਾਮੈਂਟ ਦੇ ਲਈ
ਜਿਨ੍ਹਾਂ ਦਾ ਇਸ ਟੂਰਨਾਮੈਂਟ ਦੇ ਲਈ ਵਾਹ ਇੱਕ ਰੁਪਈਏ ਤੋਂ ਲੈ ਕੇ ਹਜ਼ਾਰਾਂ ਰੁਪਈਏ ਤੱਕ ਯੋਗਦਾਨ ਹੈ ਗੁਰੂ ਮਹਾਰਾਜ ਆਪ ਜਾਣੀ ਜਾਣਾ ਉਹਨਾਂ ਦੇ ਨਾਂ ਪਰ ਉਹ ਜਾਂਦਾ ਭੱਜਿਆ ਨੌਜਵਾਨ ਜ਼ੋਰ ਜਵਾਨੀ ਦਾ ਜ਼ੋਰ ਜਵਾਨੀ ਦਾ ਚੱਲ ਵੀ ਨੌਜਵਾਨ ਹੈ ਪਾ ਵੀ ਕਬੱਡੀ ਇਹ ਨੌਜਵਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਜਿੰਦਰ ਸਾਰੀ ਸੰਗਤ ਬੈਠੀ ਦਿਖਾ ਦੇ ਵੀ ਦੁਨੀਆਂ ਨੂੰ ਪਤਾ ਲੱਗ ਜੇ ਵੀ ਸੀਬੀਡੀ ਬੇਲਾਪੁਰ ਨਿਊ ਬੰਬੇ ਦਾ ਇੱਕ ਹਿੱਸਾ ਹੈ ਜਿੱਥੇ ਅੱਜ ਕਬੱਡੀ ਹੋ ਰਹੀ ਹੈ ਤੇ ਪੰਜਾਬੀਆਂ ਦਾ ਬਹੁਤ ਵੱਡਾ ਇਕੱਠ ਹੈ ਦੁਨੀਆਂ ਉੱਪੜੀ ਹੋਈ ਹੈ ਦੂਰ ਦੁਰਾਡੇ ਤੋਂ ਪੁੱਜੀ ਹੋਈ ਹੈ ਕਬੱਡੀ ਦਾ ਆਨੰਦ ਹੈ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੂੰ ਗੱਡੀ ਦਾ ਸੀਬੀਡੀ ਬੇਲਾਪੁਰ ਵਿੱਚ ਮੇਲਾ ਲੱਗਿਆ ਖੇਡ ਕਬੱਡੀ ਦਾ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੂੰ ਗੱਡੀ ਦਾ ਬੰਬੇ ਦੀਆਂ ਸੰਗਤਾਂ ਨਿਊ ਬੰਬੇ ਦੀਆਂ ਸੰਗਤਾਂ ਅੱਜ ਦੂਰ ਦੁਰਾਡੇ ਤੋਂ ਪੁੱਜੇ ਹੋਏ ਹੈ ਵੱਡੇ 200 ਰੁਪਇਆ ਨਾਮ ਮਿਲਿਆ ਜਿਹਨੇ ਰੇਡ ਤੇ ਪੁਆਇੰਟ ਲੈ ਗਿਆ ਜਿਹਨੇ ਬਾਜੀ ਮਾਰੀ ਸੀ ਉਹ ਮੁੰਡੇ ਨੂੰ ਘਲਾਇਓ ਜੀ 200 ਰੁਪਇਆ ਨਾਮ ਉਹਦੇ ਹੱਥ ਤੇ ਅਮਰੀਕ ਸਿੰਘ ਪਟਿਆਲੇ ਵਾਲੇ ਉਹ ਬਾ ਉਹ ਨੌਜਵਾਨ ਪਰ ਲੈ ਵੀ ਦੇਵ ਫਾਊਲ ਨਹੀਂ ਖੇਡਣ ਦੇਣਾ ਨੌਜਵਾਨ ਇਸ ਵੇਲੇ ਗੱਭਰੂ ਦਾ ਲੱਗਿਆ ਪਿਆ ਜ਼ੋਰ ਪੁਆਇੰਟ ਰੇਡਰ ਦਾ ਬਾਈ ਸੱਤ ਦਾ ਸਕੋਰ ਹੈ ਬਾਈ ਸੱਤ ਸਿਮਰਨ ਟਰਾਂਸਪੋਰਟ ਤਰਲੋਚਨ ਸਿੰਘ ਜੀ ਔਲਖ ਸਾਹਿਬ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਪਹੁੰਚਣ ਤਰਲੋਚਨ ਸਿੰਘ ਜੀ ਔਲਖ ਸਿਮਰਨ ਟਰਾਂਸਪੋਰਟ ਨਰੋਲ ਤੋਂ ਇੱਥੇ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਸਟੇਜ ਤੇ ਆਉਣ ਜੀ ਗੋਪੀ ਚਾਲ ਗੋਪੀ ਚਾਲ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਨੌਜਵਾਨ ਗੋਪੀ ਚਾਲ ਇਸ ਵੇਲੇ ਗਰਾਊਂਡ ਦੇ ਵਿੱਚ ਨੌਜਵਾਨ ਰੇਡ ਪਾਉਣ ਦੇ ਲਈ ਵਧਿਆ ਹੋਇਆ ਪਰ ਦੂਜੇ ਪਾਸੇ ਲੱਗ ਗਿਆ ਜ਼ੋਰ ਫੜਿਆ ਗਿਆ ਗਿੱਟਾ ਤੇ ਪੁਆਇੰਟ ਮੇਰੇ ਵੀਰੋ ਗੁਰੂ ਮਹਾਰਾਜ ਮਿਹਰ ਕਰਨ ਗੁਰੂ ਮਹਾਰਾਜ ਮਿਹਰ ਕਰਨ ਜਿੰਨੇ ਵੀ ਦਰਸ਼ਕ ਤੁਸੀਂ ਕਬੱਡੀ ਵੇਖਣ ਆਉਂਦੇ ਹੋ ਜਾਂ ਜਿਹੜੇ 365.com ਦੇ ਨਾਲ ਵੇਖਦੇ ਹੋ ਕਬੱਡੀ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਜਦੋਂ ਘਰੋਂ ਚੱਲਦੇ ਹੋ ਕਬੱਡੀ ਦੇਖਣ ਦੇ ਲਈ ਵੀ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ ਸਾਰੇ ਖਿਡਾਰੀ ਜਿਵੇਂ ਆਉਂਦੇ ਹੱਸਦੇ ਖੇਡਦੇ ਉਸੇ ਤਰ੍ਹਾਂ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਜਾਣ ਕਿਉਂਕਿ ਸੰਗਤ ਦੀ ਕੀਤੀ ਹੋਈ ਅਰਦਾਸ ਕਦੇ ਵਿਅਰਥ ਹੀ ਨਹੀਂ ਜਾਂਦੀ ਮੇਰੇ ਵੀਰੋ ਜੋ ਸੰਗਤ ਨੇ ਕਹਿਤਾ ਗੁਰੂ ਮਹਾਰਾਜ ਨੇ ਮੰਨ ਲੈਣਾ ਲਓ ਉਧਰ ਬਲਜਿੰਦਰ ਸਿੰਘ ਜੀ 500 ਰੁਪਇਆ ਜਿਹੜੇ ਜਾਫੀ ਨੇ ਸਟਾਪ ਕੀਤੀ ਹੈ ਮੇਰੇ ਵੀਰੋ ਉਹ ਜਾਫੀ ਦੇ ਲਈ ਪੁੱਜਦਾ ਕੀਤਾ ਬਹੁਤ ਬਹੁਤ ਧੰਨਵਾਦ ਹੈ ਲਓ ਇਹ ਮਾਇਆ ਦੇ ਗੱਫੇ ਆਪਾਂ ਉਸ ਖਿਡਾਰੀ ਤੱਕ ਪੁੱਜਦੇ ਕਰ ਦਿੰਦੇ ਹਾਂ ਲਓ ਤਕੜਾ ਮੁਕਾਬਲਾ ਇਸ ਤੋਂ ਬਾਅਦ ਟੈਗ ਆਫ ਵਾਰ ਰੱਸ਼ਾ ਕਸ਼ੀ ਕਿ ਹਾਕੀ ਫੁੱਟਬਾਲ ਡੰਡ ਬੈਠਕਾ ਕਬੱਡੀਆਂ ਘੋਲ ਵਾਲੀ ਵਾਰ ਰੱਸ਼ਾ ਕਸ਼ੀ ਵੱਲ ਗੱਡੀਆਂ ਜਵਾਨੀ ਨੱਚਦੀ ਤੇ ਜ਼ੋਰ ਨੱਚਦਾ ਸਮਾਪਤ ਇੱਧਰ ਜਾਫੀ ਦੇ ਲਈ 500 ਹੈ ਜੀ ਸਕੋਰ 25-8 ਦਾ ਸਕੋਰ ਹੈ ਔਰ ਘਾਟ ਕੋਪਰ ਦਾ ਇੱਕ ਪਲੇਅਰ ਜਿਹਨੇ ਕਲਾਬਾਜੀ ਮਾਰੀ ਉਹਨੂੰ 200 ਰੁਪਇਆ ਨਾਮ ਮਿਲਿਆ ਜੀ ਉਹ ਮੁੰਡੇ ਨੂੰ ਬੋਲਿਓ ਨਾਮ ਲੈ ਜੇ ਔਰ ਨਰੋਲ